ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਜਨਤਾ ਦੀ ਆਵਾਜ਼ ਦੇ ਅੱਜ ਦੇ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ ਅੱਜ ਅਸੀਂ ਜਿਸ ਵਿਸ਼ੇ ਨੂੰ ਜਿਸ ਸਬਜੈਕਟ ਨੂੰ ਲੈ ਕੇ ਆਪ ਜੀ ਨਾਲ ਵਿਚਾਰ ਵਟਾਂਦਰਾ ਕਰਨਾ ਹੈ ਉਹ ਇੱਕ ਬਹੁਤ ਹੀ ਅਹਿਮ ਮਸਲਾ ਹੈ ਬਹੁਤ ਹੀ ਅਹਿਮ ਮੁੱਦਾ ਹੈ ਜੇਕਰ ਕਹਿ ਲਿਆ ਜਾਏ ਤਾਂ ਉਹ ਸਾਡੀ ਸਹਾਰਾ ਹੈ جس چیز نے قوم ਨੂੰ ایک قومیت بخشنی ہے جس چیز نے ਸਾਨੂੰ ਇੱਕ ਪੰਥ ਬਣਾਣਾ ਹੈ ਜਿਹੜੀ ਗੱਲ ਨੇ ਸਾਨੂੰ ਇਕਜੁੱਟ ਰੱਖਣਾ ਹੈ اور جس ਨੂੰ ਅੱਜ ਪੂਰੀ ਤਰ੍ਹਾਂ ਖੋਰਾ ਲੱਗ ਰਿਹਾ ਹੈ ਉਸ ਦੇ ਬਾਰੇ ਅਸੀਂ ਆਪ ਨਾਲ ਬੜੀ ਗੰਭੀਰਤਾ ਨਾਲ ਵਿਚਾਰ ਕਰਨੀ ਚਾਹਾਂਗੇ ਪਰ ਨਾਲ ਹੀ ਇਹ ਵੀ ਬੇਨਤੀ ਹੈ ਕਿ ਇਸ پروگرام ਦੀ ਭਾਵਨਾ ਇਸ ਦੇ ਨਿਸ਼ਾਨੇ اور ਸਾਡੀ ਮਨਸ਼ਾ ਨੂੰ ਸਮਝਦਿਆਂ ਹੋਇਆਂ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਹਿਸਾਬ ਨਾਲ ਉਸ ਆਸ਼ੇ ਦੇ ਨਾਲ ਅੱਜ ਦੇ ਇਸ ਵਿਸ਼ੇ ਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਏ ਔਰ ਆਪਣੇ ਸੂਝਵਾਨ ਵਿਚਾਰਾਂ ਨਾਲ ਆਪਣੇ ਗੰਭੀਰ ਵਿਚਾਰਾਂ ਨਾਲ ਜ਼ਰੂਰ ਸਾਨੂੰ ਅਗਵਾਈ ਕਰਨ ਦੀ ਕੋਸ਼ਿਸ਼ ਕਰਨੀ ਉਹਨਾਂ ਵਿਚਾਰਾਂ ਨੂੰ ਸਾਰੀ ਕੌਮ ਨਾਲ ਸਾਂਝੇ ਕਰਨਾ ਤਾਂ ਕਿ ਸਾਡਾ ਉਹ ਗੌਰਵ ਸਾਡਾ ਪੁਰਾਤਨ ਵਿਰਸਾ ਜਿਸ ਦੇ ਉੱਤੇ ਅਸੀਂ ਮਾਣ ਕਰਦੇ ਹਾਂ ਉਹ ਫਿਰ ਬਹਾਲ ਹੋਏ ਉਹ ਵਿਸ਼ਾ ਹੈ ਸਿੱਖ ਰਹਿਤ ਮਰਿਆਦਾ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ ਔਰ ਉਸੇ ਗੰਭੀਰਤਾ ਦੇ ਨਾਲ ਇਸ ਦਾ ਚਿੰਤਨ ਇਸ ਦਾ ਮੰਨਨ ਔਰ ਇਸ ਦਾ ਅਧਿਐਨ ਕਰਨਾ ਲਾਜ਼ਮੀ ਹੈ ਸਿੱਖ ਰਹਿਤ ਮਰਿਆਦਾ ਸਾਡੇ ਬਜ਼ੁਰਗਾਂ ਦੀ ਉਹ ਮਹਾਨ ਦੇਣ ਹੈ ਜਿਹੜੀ ਪੁਰਾਤਨ ਰਹਿਤ ਨਾਮੇ ਪੁਰਾਤਨ ਆਦੇਸ਼ ਪੁਰਾਤਨ ਗੁਰੂ ਸਾਹਿਬ ਦੇ ਹੁਕਮਨਾਮਿਆਂ ਨੂੰ ਔਰ ਸਾਰੇ ਰਹਿਤ ਨਾਮਿਆਂ ਨੂੰ ਡੂੰਗੀ ਵਿਚਾਰ ਦੇ ਬਾਅਦ ਜਿਸ ਨੂੰ ਕਲਮਬਦ ਕੀਤਾ ਜਿਸ ਨੂੰ ਕਾਨੂੰਨੀ ਸ਼ਕਲ ਦਿੱਤੀ ਜਿਸ ਨੂੰ ਕੋਡਿਫਾਈ ਕੀਤਾ ਐਸੀ ਰਹਿਤ ਮਰਿਆਦਾ ਐਸਾ ਕੋਡ ਆਫ ਕੰਡਕਟ ਕਿਸੇ ਹੋਰ ਕੌਮ ਕੋਲ ਨਹੀਂ ਹੈ ਇਹ ਸਾਡੇ ਵਿਰਸੇ ਵਿੱਚ ਆਇਆ ਹੈ ਕਿ ਉਹ ਸਾਡੇ ਨਿਯਮ ਅਸੀਂ ਕੀ ਕਰਨਾ ਹੈ ਔਰ ਕੀ ਨਹੀਂ ਕਰਨਾ ਹੈ ਇਹਨਾਂ ਦੋਨੋਂ ਚੀਜ਼ਾਂ ਦਾ ਉਹ ਇੱਕ ਦਸਤਾਵੇਜ਼ ਹੈ ਜਿਹੜੀ ਸਾਡੇ ਬਜ਼ੁਰਗਾਂ ਨੇ ਪਿਛਲੀ ਸਦੀ ਦੇ ਵਿੱਚ ਹੂਲ ਕੇ ਆਪਣੀਆਂ ਸਾਰੀਆਂ ਕੁਰਬਾਨੀਆਂ ਦੇ ਕੇ ਜੋ ਹਾਸਲ ਕੀਤਾ ਸੀ ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਪਹਿਲੀ ਵਾਰ ਹੋਂਦ ਵਿੱਚ ਆਈ ਤਾਂ ਪਹਿਲਾ ਮਤਾ ਪਹਿਲਾ ਕੰਮ ਜੋ ਉਹਨਾਂ ਨੇ ਕੀਤਾ ਸੀ ਉਹ ਸੀ ਕਿ ਸਿੱਖ ਰਹਿਤ ਮਰਿਆਦਾ ਨੂੰ ਤਿਆਰ ਕਰਨਾ ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਆਪ ਨਾਲ ਸਿੱਖ ਰਹਿਤ ਮਰਿਆਦਾ ਕੀ ਹੈ ਉਸ ਦੀ ਮਾਤਤਾ ਕੀ ਹੈ ਉਸ ਦੀਆਂ ਮਦਾਂ ਕੀ ਹਨ ਉਸ ਦੇ ਵਿੱਚ ਕਿਹੜੀਆਂ ਕਲੋਜ਼ਸ ਹਨ ਔਰ ਅੱਜ ਸਾਡਾ ਉਹਨਾਂ ਪ੍ਰਤੀ ਕੀ ਰਵੱਈਆ ਹੈ ਇੱਕ ਹੈਰਾਨੀ ਦੀ ਗੱਲ ਹੈ ਕਿ ਇਤਨਾ ਛੋਟਾ ਜਿਹਾ ਇੱਕ ਕਿਤਾਬਚਾ ਇਤਨੀ ਛੋਟੀ ਜੀ ਇੱਕ ਬੁੱਕਲੇਟ ਜਿਸ ਦੇ ਵਿੱਚ ਇਹ ਸਾਰਾ ਨਿਯਮ ਸਾਡੇ ਸਾਰੇ ਵਿਧਾਨ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਇਤਨੇ ਵਧੀਆ ਤਰੀਕੇ ਦੇ ਨਾਲ ਜੋ ਅੰਕਿਤ ਕੀਤੇ ਗਏ ਹਨ ਜ਼ਰੂਰਤ ਤਾਂ ਸੀ ਇਹ ਸਾਡੀ ਕਨਸਟੀਟਿਊਸ਼ਨ ਹਰ ਥਾਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਇਹ ਲਾਗੂ ਹੁੰਦੀ ਜ਼ਰੂਰਤ ਇਸ ਗੱਲ ਦੀ ਸੀ ਹਰ ਸਿੱਖ ਦੇ ਕੋਲ ਇਹ ਹਰ ਵੇਲੇ ਹੋਣੀ ਚਾਹੀਦੀ ਹੈ ਕਿਉਂਕਿ ਇਸ ਦੇ ਵਿੱਚ ਉਸ ਦੀ ਜੀਵਨ ਜਾਂਚ ਅੰਕਿਤ ਹੈ ਇਸ ਦੇ ਵਿੱਚ ਉਸਨੇ ਕੀ ਕਰਨਾ ਹੈ ਔਰ ਕਿਹਨਾ ਚੀਜ਼ਾਂ ਤੋਂ ਗਰੇਸ ਕਰਨਾ ਹੈ ਇਹ ਹਮੇਸ਼ਾ ਉਹਦੇ ਕੋਲ ਹੋਣੀ ਚਾਹੀਦੀ ਸੀ ਪਰ ਅਸੀਂ ਦੇਖਦੇ ਹਾਂ ਕਿ ਛੋਟੇ-ਛੋਟੇ ਨੁਕਤਿਆਂ ਦੇ ਉੱਤੇ ਵੀ ਕਈ ਵਾਰ ਡੁੱਬਦਾ ਹੁੰਦੀ ਹੈ ਜਿਹੜੇ ਨੁਕਤੇ ਉਸ ਰਹਿਤ ਮਰਿਆਦਾ ਦੇ ਵਿੱਚ ਸਪਸ਼ਟ ਕੀਤੇ ਹੁੰਦੇ ਹਨ ਸੋ ਸਭ ਤੋਂ ਪਹਿਲੀ ਗੱਲ ਜੋ ਸਿੱਖ ਰਹਿਤ ਮਰਿਆਦਾ ਦੇ ਉੱਤੇ ਗੱਲ ਕਰਨ ਤੋਂ ਪਹਿਲੇ ਅਸੀਂ ਚਾਹਾਂਗੇ ਕੁਝ ਤਸਵੀਰਾਂ ਦੇ ਰਾਹੀਂ ਉਹਨਾਂ ਦਸਤਾਵੇਜ਼ ਨੂੰ ਅਸੀਂ ਵੇਖ ਸਕੀਏ ਜਿਹੜੀ ਸਭ ਤੋਂ ਪਹਿਲੀ ਤਸਵੀਰ ਹੈ ਉਹ ਸਿੱਖ ਰਹਿਤ ਮਰਿਆਦਾ ਦੇ ਇਸ ਮੌਜੂਦਾ ਖਰੜੇ ਦੀ ਉਹ ਤਸਵੀਰ ਹੈ ਜਿਹੜੀ ਕਿ ਹੁਣ ਮੌਜੂਦਾ ਸਿੱਖ ਰਹਿਤ ਮਰਿਆਦਾ ਸਾਡੇ ਕੋਲ ਹੈ ਇਸ ਤੋਂ ਅਗਲੀ ਤਸਵੀਰ ਜੋ ਆਪ ਦੇਖ ਰਹੇ ਹੋ ਇਹ 1936 ਦੇ ਵਿੱਚ ਜੋ ਪਹਿਲੀ ਵਾਰ ਸਿੱਖ ਰਹਿਤ ਮਰਿਆਦਾ ਜੋ ਤਿਆਰ ਹੋਈ ਸੀ ਔਰ ਇਸ ਦੀ ਕਾਇਮੀ 14 مارچ 1927 ਤੋਂ ਲੈ ਕੇ 12 ਅਕਤੂਬਰ 1936 ਤੱਕ ਇਹ ਜੋ ਸਿੱਖ ਰਹਿਤ ਮਰਿਆਦਾ ਤਿਆਰ ਹੋਈ ਇਹ ਉਸ ਦਾ ਪਹਿਲਾ ਖਰੜਾ ਹੈ ਜੋ ਪਹਿਲਾ ਆ ਛਾਪੀ ਗਈ ਸੀ ਪਹਿਲੀ ਵਾਰ ਛਾਪੀ ਗਈ ਸੀ ਖਰੜਾ ਨਹੀਂ ਖਰੜਾ ਤਾਂ ਹੁੰਦਾ ਹੈ ਡਰਾਫਟ ਪਰ ਇਹ ਜਦੋਂ ਪ੍ਰਵਾਨ ਹੋ ਕੇ ਹੋ ਗਈ ਹੁਣ ਇਹ ਖਰੜਾ ਨਹੀਂ ਰਹਿ ਗਿਆ ਪਰ ਕਈ ਵਾਰ ਅਜ ਵੀ ਅਸੀਂ ਇਸ ਨੂੰ ਖਰੜਾ ਹੀ ਲਫ਼ਜ਼ ਵਰਤ ਦਿੰਨੇ ਹਾਂ ਸੋ ਇਹ ਦੂਸਰੀ ਜੋ ਆਪਨੇ ਤਸਵੀਰ ਦੇਖੀ ਸੀ ਇਹ 12 ਅਕਤੂਬਰ 1962 ਚੁਕੀ ਹੋਈ ਸਿੱਖ ਰਹਿਤ ਮਰਿਆਦਾ ਦੀ ਪਹਿਲੀ ਐਡੀਸ਼ਨ ਸੀ। ਔਰ ਜੋ ਸਭ ਤੋਂ ਪਹਿਲੀ ਤਸਵੀਰ ਸੀ ਉਹ ਮੌਜੂਦਾ ਜੋ 1945 ਦੇ ਵਿੱਚ ਫਾਈਨਲ ਪਾਸ ਹੋ ਕੇ ਸਾਰੀਆਂ ਐਮੈਂਡਮੈਂਟਸ ਦੇ ਬਾਅਦ ਸਾਰੀਆਂ ਤਬਦੀਲੀਆਂ ਦੇ ਬਾਅਦ ਉਹ ਰਹਿਤ ਮਰਿਆਦਾ ਸੀ। ਇਸ ਰਹਿਤ ਮਰਿਆਦਾ ਦੇ ਪਿਛੋਕੜ ਵਿੱਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ। ਕਿ 1910 ਦੇ ਵਿੱਚ ਚੀਫ ਖਾਲਸਾ ਦੀਵਾਨ ਨੇ ਵੀ ਇੱਕ ਕਮੇਟੀ ਬਣਾਈ ਸੀ ਜਿਹੜੀ ਸਿੱਖ ਸੰਸਕਾਰ ਕਿਉਂਕਿ ਚਾਰ ਸੰਸਕਾਰ ਹਨ ਹਿੰਦੂਇਜ਼ਮ ਦੇ ਵਿੱਚ 16 ਸੰਸਕਾਰ ਹਨ ਪਰ ਸਿੱਖ ਧਰਮ ਦੇ ਵਿੱਚ ਚਾਰ ਸੰਸਕਾਰ ਉਹਨਾਂ ਨੇ ਪ੍ਰਵਾਨ ਕੀਤੇ ਜੋ ਗੁਰਮਤ ਨੇ ਉਹਨਾਂ ਚਾਰ ਸੰਸਕਾਰਾਂ ਦਾ ਇੱਕ 1910 ਦੇ ਵਿੱਚ ਵੀ ਕੋਸ਼ਿਸ਼ ਹੋਈ ਔਰ ਬੜੀ ਹੀ ਗੰਭੀਰਤਾ ਦੇ ਨਾਲ ਉਸ ਵੇਲੇ ਦੇ ਕੌਮੀ ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਕਈ ਸਾਲ ਉਸ ਦੇ ਵਿੱਚ ਲੱਗੇ ਔਰ 5 ਸਾਲ ਦੇ ਬਾਅਦ ਉਹ ਫਾਈਨਲ ਇੱਕ ਸੰਸਕਾਰ ਦਾ ਪ੍ਰਕਾਸ਼ ਇੱਕ ਜਿਹੜੀ ਉਹ ਕਿਤਾਬ ਛਾਪੀ ਗਈ ਉਹ ਅਗਲੀ ਤਸਵੀਰ ਵਿੱਚ ਆਪ ਦੇਖ ਰਹੇ ਹੋ ਇਹ ਅਗਲੀ ਤਸਵੀਰ ਵਿੱਚ ਗੁਰਮਤ ਪ੍ਰਕਾਸ਼ ਨਾਂ ਦਾ ਇਹ ਸੰਸਕਾਰ ਸੀ ਜੋ ਕਿ ਸੰਸਕਾਰ ਮਰਿਆਦਾ ਜਿਹੜੀ ਚੀਫ ਖਾਲਸਾ ਦੀਵਾਨ ਦੇ ਵੱਲੋਂ ਛਾਪੀ ਗਈ ਸੀ ਇਸ ਗੁਰਮਤਿ ਪ੍ਰਕਾਸ਼ ਇਹ ਜੋ ਸੰਸਕਾਰ ਚੀਫ ਖਾਲਸਾ ਦੀਵਾਨ ਨੇ ਛਾਪੇ ਔਰ ਜੋ ਬਾਅਦ ਵਿੱਚ 1945 ਵਿੱਚ ਅੰਤਮ ਤੌਰ ਦੇ ਉੱਤੇ ਸਿੱਖ ਰਹਿਤ ਮਰਿਆਦਾ ਪ੍ਰਵਾਨ ਕੀਤੀ ਗਈ ਇੱਕ ਬਹੁਤ ਹੀ ਕਮਾਲ ਦੀ ਗੱਲ ਹੈ ਮੁੱਢਲੇ ਤੌਰ ਦੇ ਉੱਤੇ ਸਾਰੀਆਂ ਦੀਆਂ ਸਾਰੀਆਂ ਰਹੁ ਰੀਤਾਂ ਸਾਰੇ ਦੇ ਸਾਰੀਆਂ ਚੀਜ਼ਾਂ ਸਾਰੇ ਦੇ ਸਾਰੇ ਨਿਯਮ ਔਰ ਜੋ ਵੀ ਕਰਨੀਆਂ ਸੀ ਜਾਂ ਨਹੀਂ ਕਰਨੀਆਂ ਉਹ ਸਾਰੀਆਂ ਮੱਦਾ ਤਕਰੀਬਨ ਤਕਰੀਬਨ ਉਸੇ ਰੂਪ ਵਿੱਚ 1910 ਵਾਲੀਆਂ ਸੀ ਜਿਹੜੀਆਂ ਬਾਅਦ ਵਿੱਚ 1936 ਵਿੱਚ ਔਰ 1945 ਵਿੱਚ ਪਾਸ ਹੋਈਆਂ ਇਸ ਕਰਕੇ ਅੱਜ ਕਈ ਵਾਰ ਜਦੋਂ ਕੋਈ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਨਹੀਂ ਇਹ ਤਾਂ 1945 ਵਿੱਚ ਫੈਸਲਾ ਹੋਇਆ ਇਹ ਗਲਤ ਹੈ ਇਹ ਸਹੀ ਨਹੀਂ ਹੈ 1910 ਵਿੱਚ ਜੋ ਸੀ ਜੋ ਉਸ ਤੋਂ ਪਹਿਲੇ ਭਾਈ ਕਾਨ ਸਿੰਘ ਜੀ ਨੇ ਹਮ Hindu ਨਹੀਂ ਪੁਸਤਕ ਦੇ ਵਿੱਚ ਵੀ ਜਿਹੜੀਆਂ ਰੋ ਰੀਤਾਂ ਲਿਖੀਆਂ ਸੀ ਜਿਹੜੀਆਂ ਨਿਤਰੀਮ ਦੀਆਂ ਬਾਣੀਆਂ ਲਿਖੀਆਂ ਸੀ ਜੋ ਅੰਮ੍ਰਿਤ ਦੀ ਵਿਧੀ ਸੀ ਜੋ ਰਹਿਤ ਔਰ ਕੁਰਹਿਤ ਲਿਖੀਆਂ ਸੀ ਜੋ ਪਾਈ ਕਾਨ ਸਿੰਘ ਜੀ ਨੇ ਪਹਿਲੇ ਅੰਕਤ ਕੀਤੀਆਂ 1910 ਵਿੱਚ ਵੀ ਉਹੀ ਸਨ 1945 ਵਿੱਚ ਵੀ ਹੋਈ ਸਨ ਔਰ ਮੌਜੂਦਾ ਤੌਰ ਦੇ ਉੱਤੇ ਵੀ ਉਹੀ ਹਨ ਸੋ ਇਹ ਕੋਈ ਅਗਰ ਪੁਲੇਖਾ ਪਾੜ ਦੀ ਕੋਸ਼ਿਸ਼ ਕਰੇ ਕਿ 1945 ਦੇ ਵਿੱਚ ਪੰਥ ਨੇ ਕੁਝ ਪ੍ਰਵਾਨ ਕੀਤਾ ਹੈ ਤਾਂ ਇਹ ਵੀ ਗਲਤ ਹੋਏਗਾ 1945 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਵਲ ਉਸ ਪਾਸ ਕੀਤੇ ਹੋਏ ਉਸ ਮਤੇ ਉਸ ਕੌਮੀ ਆਵਾਜ਼ ਨੂੰ ਉਹਨਾਂ ਨੇ ਪ੍ਰਕਾਸ਼ਕ ਦੇ ਤੌਰ ਦੇ ਉੱਤੇ ਉਸ ਨੂੰ ਪ੍ਰਵਾਨ ਕਰਕੇ ਉਸ ਨੂੰ ਛਾਪਿਆ ਹੈ ਉਹ ਪ੍ਰਕਾਸ਼ਕ ਹਨ ਪ੍ਰਵਾਨ ਨਹੀਂ ਕੀਤਾ ਉਹ ਪ੍ਰਕਾਸ਼ਕ ਹਨ ਸਿੱਖ ਰੈਤ ਮਰਿਆਦਾ ਦੀ ਪ੍ਰਵਾਨਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਮੋਹਨ ਸਿੰਘ ਜੀ ਨੇ ਦਿੱਤੀ ਸੀ ਉਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੈ ਇਹ ਸਾਰੇ ਪੰਥ ਦਾ ਦਸਤਾਵੇਜ਼ ਹੈ ਸ਼੍ਰੋਮਣੀ ਕਮੇਟੀ ਦਾ ਦਸਤਾਵੇਜ਼ ਨਹੀਂ ਹੈ ਪੰਥ ਦੇ ਕਈ ਅੰਗ ਹਨ ਪੰਥ ਦੇ ਜਥੇ ਹਨ ਟਕਸਾਲਾ ਹਨ ਪੰਥ ਦੇ ਕਈ ਹੋਰ ਫਿਰਕੇ ਹਨ ਪੰਥ ਦੇ ਵਿੱਚ ਕਈ ਕਿਸਮ ਦੇ ਕਈ ਉਹਦੇ ਅੰਗ ਹੋ ਸਕਦੇ ਹਨ ਉਹ ਕੱਲੇ-ਕੱਲੇ ਪੰਥ ਦਾ ਅੰਗ ਹਨ ਪਰ ਪੰਥ ਸਮੁੱਚੇ ਤੌਰ ਦੇ ਉੱਤੇ ਗੁਰੂ ਖਾਲਸਾ ਦਾ ਉਹ ਪੰਥ ਹੈ ਜਿਸ ਗੁਰੂ ਪੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਿਆਈ ਦਿੱਤੀ ਸੀ ਇਹਨਾਂ ਸਾਰੀਆਂ ਧਾਰਾਵਾਂ ਨੂੰ ਮਿਲਾ ਕੇ ਜੋ ਗੁਰੂ ਪੰਥ ਬਣਦਾ ਹੈ ਉਸ ਦੀ ਮਰਿਆਦਾ ਸਿੱਖ ਰਹਿਤ ਮਰਿਆਦਾ ਦੇ ਰੂਪ ਵਿੱਚ ਉਹ ਸਾਡੇ ਸਾਹਮਣੇ ਹੈ ਜੋ ਅਗਲੀ ਤਸਵੀਰ ਹੈ ਆਪ ਦੇਖ ਰਹੇ ਹੋ ਇਸ ਵਿੱਚ ਉਹ ਦਸਤਾਵੇਜ਼ ਜਿਹੜਾ ਪਹਿਲੀ ਵਾਰ ਸੀ ਉਸ ਦੀ 1915 ਵਿੱਚ ਔਰ ਉਹ ਫੈਰਿਸਤ ਹੈ ਜਿਹੜੀ ਕਿ ਉਸ ਵੇਲੇ ਜੋ ਪੰਥ ਦੇ ਮਹਾਨ ਵਿਦਵਾਨ ਸਨ ਜੋ ਉਸ ਵੇਲੇ ਦੇ ਵਿਦਵਾਨ ਹੋ ਸਕਦੇ ਸਨ ਔਰ ਇਸੇ ਤਰੀਕੇ ਦੇ ਨਾਲ ਜਦੋਂ 1927 ਦੇ ਵਿੱਚ ਰੋਹ ਰੀਤ ਕਮੇਟੀ ਬਣਾਈ ਗਈ ਤਾਂ ਉਸ ਦੇ ਵਿੱਚ ਵੀ ਅੱਜ ਕਹਿ ਲਿਆ ਜਾਏ ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਉਸ ਵੇਲੇ ਜੋ ਵੀ ਸਾਰੇ ਪੰਥ ਦੇ ਮਹਾਨ ਵਿਦਵਾਨ ਸਨ ਜਿਹੜੇ ਗਿਆਤਾ ਸਨ ਜਿਹੜੇ ਪ੍ਰਕਾਣ ਪੰਡਿਤ ਸਨ ਜਿਹੜੇ ਰਹਿਤ ਦੇ ਜਿਨ੍ਹਾਂ ਦਾ ਜੀਵਨ ਬਹੁਤ ਆਦਰਸ਼ਕ ਸੀ ਜਿਨ੍ਹਾਂ ਦਾ ਜੀਵਨ ਬਹੁਤ ਉੱਚਾ ਸੀ ਔਰ ਜਿਨ੍ਹਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਰ ਸਕਦਾ ਉਹਨਾਂ ਸਾਰਿਆਂ ਨੂੰ ਮਿਲਾ ਕੇ ਸਿੱਖ ਰੋਹ ਰੀਤ ਕਮੇਟੀ ਬਣਾਈ ਗਈ ਔਰ ਉਸ ਦੇ ਬਾਅਦ ਉਸ ਰੋਹ ਰੀਤ ਕਮੇਟੀ ਨੇ ਕਈ ਸਾਲ ਦੀ ਮਿਹਨਤ ਦੇ ਬਾਅਦ ਉਹ ਜਿਹੜਾ ਖਰੜਾ ਤਿਆਰ ਕੀਤਾ ਉਹ ਸਾਰੇ ਸੰਸਾਰ ਦੇ ਵਿੱਚ ਭੇਜਿਆ ਗਿਆ ਸਾਰੇ ਸੰਸਾਰ ਦੇ ਵਿੱਚੋਂ ਜਦੋਂ ਉਹਨਾਂ ਦੀਆਂ ਰਾਏ ਆਈਆਂ ਫਿਰ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਫਿਰ ਸਾਰੇ ਸੰਸਾਰ ਦੇ ਵਿਦਵਾਨਾਂ ਦੀ ਕਮੇਟੀ ਬਣਾਈ ਜਿਸ ਵਿੱਚ ਕਈ ਜਥੇ ਸਾਰੀ ਦੁਨੀਆ ਦੇ ਮਲਾਇਆ ਦੇ ਅਮਰੀਕਾ ਦੇ ਹੋਰ ਦੇਸ਼ਾਂ ਦੇ افریقا ਦੇ ਔਰ ਸਾਰੇ ਦੇਸ਼ਾਂ ਦੇ ਉਹ ਜਥੇ ਜਿਨਨੇ ਪ੍ਰਿੰਸੀਪਲ ਸਰਨੋ ਸਵੇਲੇ ਜਿੰਨੀਆਂ ਜਥੇਬੰਦੀਆਂ ਸੀ ਉਹਨਾਂ ਸਾਰਿਆਂ ਨੇ ਮਿਲ ਕੇ ਉਸ ਰੋਹ ਰੀਤ ਦੀ ਜਿਹੜੀ ਕਮੇਟੀ ਸੀ ਉਸ ਰੋਹ ਰੀਤ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ 1936 ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹਕਾਰ ਕਮੇਟੀ ਨੇ ਔਰ ਸਾਰੇ ਪੰਥ ਨੇ ਮਿਲ ਕੇ ਜੋ ਪ੍ਰਵਾਨ ਕੀਤਾ ਬਾਅਦ ਵਿੱਚ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਅਸੀਂ ਹੁਣ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਬ੍ਰੇਕ ਦੇ ਬਾਅਦ ਸੋਕਰੇਟ ਮਰਿਆਦਾ ਕੀ ਹੈ ਉਸ ਦੀਆਂ ਇੰਪੋਰਟੈਂਟ ਆਰਟੀਕਲਸ ਕੀ ਹਨ ਉਹਦੀਆਂ ਮਦਾਂ ਕੀ ਹਨ ਉਹਨਾਂ ਦੀ ਅਹਿਮੀਅਤ ਕੀ ਹੈ ਉਸ ਦੇ ਬਾਰੇ ਵਿਚਾਰ ਕਰਾਂਗੇ ਸੋਕਰੇਟ ਮਰਿਆਦਾ ਬਾਰੇ ਇਸ ਉੱਚੇਚੇ ਪ੍ਰੋਗਰਾਮ ਦੇ ਵਿੱਚ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੜ ਸਵਾਗਤ ਹੈ 18 ਸਾਲ ਦੀ ਮਿਹਨਤ ਦੇ ਬਾਅਦ 18 ਸਾਲ ਦੀ ਕੌਮੀ ਤਰਦਦ ਦੇ ਨਾਲ ਜਿਹੜਾ ਦਸਤਾਵੇਜ਼ ਤਿਆਰ ਕੀਤਾ ਗਿਆ ਉਹ ਕੋਈ ਰਾਤੋਂ ਰਾਤ ਜਾਂ ਕੋਈ ਇਸ ਤਰ੍ਹਾਂ ਬੈਠ ਕੇ ਨਹੀਂ ਤਿਆਰ ਹੋਇਆ ਬਲਕਿ ਉਸ ਵਿੱਚ ਪੂਰੇ ਪੰਥ ਦੀ ਪੂਰੇ ਪੰਥ ਦੇ ਜੋ ਵੀ ਸੂਝਵਾਨ ਸਣ ਜਿਹੜੇ ਗੁਰਮੁਖ ਸਣ ਉਹਨਾਂ ਸਾਰਿਆਂ ਦੀ ਕੰਟਰੀਬਿਊਸ਼ਨ ਦੇ ਨਾਲ ਸਾਰੇ ਪੰਥ ਦੀ ਰਾਏ ਦੇ ਨਾਲ ਇਹ ਦਸਤਾਵੇਜ਼ ਤਿਆਰ ਹੋਇਆ ਅਗਰ ਜੇਕਰ ਉਸ ਲਿਸਟ ਨੂੰ ਅਸੀਂ ਵੇਖੀਏ ਸਿੱਖ ਰਹਿਤ ਮਰਿਆਦਾ ਦੀ ਉਹ ਦਸਤਾਵੇਜ਼ ਮੇਰੇ ਕੋਲ ਹੈ ਜੇ ਉਸ ਲਿਸਟ ਨੂੰ ਦੇਖਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਇਸ ਰੌ ਰੀਤ ਕਮੇਟੀ ਦੇ ਵਿੱਚ ਕਿਤਨੇ ਮਹਾਨ ਗੁਰਮੁਖ ਔਰ ਵਿਦਵਾਨ ਸਣ ਜਿਆਨਾ ਵਿਗਿਆਨੀ ਠਾਕਰ ਸਿੰਘ ਜੀ ਅੰਮ੍ਰਿਤਸਰ ਗਿਆਨੀ ਸ਼ੇਰ ਸਿੰਘ ਜੀ ਭਾਈ ਬੁੱਧ ਸਿੰਘ ਜੀ ਅਕਾਲੀ ਕੌਰ ਸਿੰਘ ਜੀ ਸੰਤ ਸੰਗਤ ਸਿੰਘ ਜੀ ਕਮਾਲੀਆ ਭਾਈ ਕਾਨ ਸਿੰਘ ਜੀ ਨਾਬਾ ਸੰਤ ਗੁਲਾਬ ਸਿੰਘ ਜੀ ਕੋਲਿਆ ਭਾਈ ਲਾਲ ਸਿੰਘ ਜੀ ਗਰੰਥੀ ਹਰਮੰਦਰ ਸਾਹਿਬ ਭਾਈ ਹਜ਼ੂਰਾ ਸਿੰਘ ਜੀ ਹਜ਼ੂਰ ਸਾਹਿਬ ਪੰਡਤ ਬਸੰਤ ਸਿੰਘ ਜੀ ਪਟਿਆਲਾ ਭਾਈ ਵੀਰ ਸਿੰਘ ਜੀ ਗਿਆਨੀ ਹੀਰਾ ਸਿੰਘ ਜੀ ਦਰਦ ਬਾਬਾ ਹਰਕਿਸ਼ਨ ਸਿੰਘ ਜੀ ਭਾਈ ਤਰਲੋਚਨ ਸਿੰਘ ਸੋਰ ਸਿੰਘ ਲਾਹੌਰ ਯਾਨੀ ਹਮੀਰ ਸਿੰਘ ਪੰਡਿਤ ਕਰਤਾਰ ਸਿੰਘ ਜੀ ਦਾਖਾ ਜਥੇਦਾਰ ਸਾਰੇ ਤਖਤਾ ਦੇ ਜਥੇਦਾਰ ਸਾਹਿਬ ਪ੍ਰੋਫੈਸਰ ਗੰਗਾ ਸਿੰਘ ਪ੍ਰੋਫੈਸਰ ਜੋਤ ਸਿੰਘ ਸੰਤ ਮਾਨ ਸਿੰਘ ਜੀ ਕਨਖਲ ਜਥੇਦਾਰ ਤੇਜਾ ਸਿੰਘ ਜੀ ਭਾਈ ਰਣਜੀਤ ਸਿੰਘ ਜੀ ਪ੍ਰੋਫੈਸਰ ਤੇਜਾ ਸਿੰਘ ਜੀ ਇਸ ਦੇ ਕਨਵੀਨਰ ਸਨ ਕੁਝ ਤਸਵੀਰਾਂ ਜਿਹੜੀਆਂ ਅਸੀਂ ਆਪ ਨੂੰ ਦਿਖਾਣੀਆਂ ਚਾਹੁੰਦੇ ਹਾਂ ਉਹ ਜਿਹੜੇ ਇਸ ਰਹੁ ਰੀਤ ਕਮੇਟੀ ਦੇ ਜਿਹੜੇ ਮੈਂਬਰ ਸਨ ਜਿਹੜੀ ਤਸਵੀਰ ਆਪ ਵੇਖ ਰਹੇ ਹੋ ਭਾਈ ਸਾਹਿਬ ਅਕਾਲੀ ਕੌਰ ਸਿੰਘ ਜੀ ਨਿਹੰਗ ਜਿਨ੍ਹਾਂ ਦਾ ਜੀਵਨ ਇੱਕ ਕਮਾਲ ਦਾ ਜੀਵਨ ਸੀ ਇਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਕਾਂ ਸਿੰਘ ਜੀ ਨਾਬਾ ਅਗਲੀ ਤਸਵੀਰ ਵਿੱਚ ਇਹਨਾਂ ਤੋਂ ਅਗਲੀ ਤਸਵੀਰ ਆਪ ਦੇਖ ਰਹੇ ਹੋ ਰੋਹ ਰੀਤ ਕਮੇਟੀ ਦੇ ਮੈਂਬਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਅਗਲੀ ਤਸਵੀਰ ਡਾਕਟਰ ਭਾਈ ਜੋਤ ਸਿੰਘ ਜੀ ਔਰ ਇਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਅੱਗੇ ਗਿਆਨੀ ਹੀਰਾ ਸਿੰਘ ਜੀ ਦਰਦ ਮਾਸਟਰ ਤਾਰਾ ਸਿੰਘ ਜੀ ਅਗਲੀ ਤਸਵੀਰ ਔਰ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਇਹ ਤਸਵੀਰ ਆ ਵੇਖ ਰਹੇ ਹੋ ਇਹ ਕਮੇਟੀ ਰੋਹ ਰੀਤ ਕਮੇਟੀ ਸੀ ਰੋਹ ਰੀਤ ਔਰ ਰੀਤੀ ਰਿਵਾਜ ਵਿੱਚ ਫਰਕ ਹੈ ਰੀਤੀ ਰਿਵਾਜ ਜਾਂ ਰਸਵੋ ਰਿਵਾਜ ਸਥਾਨਕ ਕਲਚਰਲ ਜਾਂ ਕਿਸੇ ਦੇਸ਼ ਦੇ ਅਨਸਾਰ ਹੋ ਸਕਦੇ ਹਨ ਪਰ ਰੋਹ ਰੀਤ ਜੋ ਹੈ ਉਹ ਸਾਰੇ ਸੰਸਾਰ ਦੇ ਸਿੱਖਾਂ ਲਈ ਹੈ ਰੋਹ ਰੀਤ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ ਰਹਿਤ ਮਰਿਆਦਾ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਪਰ ਜੇਕਰ ਸਥਾਨਕ ਰੀਤੀ ਰਿਵਾਜ ਦੇ ਮੁਤਾਬਕ ਅਗਰ ਕੋਈ ਰਸਮੋ ਰਿਵਾਜ ਹਨ ਤਾਂ ਉਹਨਾਂ ਨੂੰ ਅਗਰ ਕੋਈ ਲੈਂਦਾ ਹੈ ਉਸ ਨੂੰ ਧਰਮ ਨਾਲ ਜੋੜਨ ਦੀ ਲੋੜ ਨਹੀਂ ਜੇ ਜਿਵੇਂ ਜੇਕਰ ਕੋਈ ਅਗਰ ਇਹ ਕਵੇ ਕਿ ਮੈਂ ਨਵੇਂ ਸਾਲ ਦੀ ਮੁਬਾਰਕ ਦੇ ਦਿੱਤੀ ਹੈ ਤਾਂ ਭਾਵੇਂ ਇਹ ਕ੍ਰਿਸਚੀਅਨਿਟੀ ਤੋਂ ਸ਼ੁਰੂ ਹੋਇਆ ਹੋਵੇਗਾ ਪਰ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਆਪਣਾ ਧਰਮ ਚੇਂਜ ਕਰ ਲਿਆ ਹੈ ਜਾਂ ਮੈਂ ਧਰਮ ਦੇ ਵਿੱਚ ਕੋਈ ਮਦਖਲਤ ਕਰ ਲਈ ਹੈ ਜੇਕਰ ਕੋਈ ਥੈਂਕਸ giving day ਹੈ ਅਗਰ ਇਸ ਦੇ ਉੱਤੇ ਕਿਸੇ ਨੂੰ ਮੁਬਾਰਕ ਦੇ ਦਿੰਦਾ ਹੈ ਜਾਂ ਕੋਈ ਗਿਫਟ ਐਕਸਚੇਂਜ ਕਰਦਾ ਹੈ ਤਾਂ ਉਸ ਦਾ ਤਰਮ ਨਾਲ ਕੋਈ ਲੈਣਾ ਦੇਣਾ ਨਹੀਂ ਕਈ ਵਾਰ ਅਸੀਂ ਰਲਗੱਡ ਕਰ ਜਾਂਦੇ ਹਾਂ ਆਪਣੇ ਰਸਮੋ ਰਿਵਾਜਾਂ ਨੂੰ ਜਿਹੜੇ ਸਥਾਨਕ ਇਲਾਕੇ ਦੇ ਵੱਖ-ਵੱਖ ਨਿਆਰੇ-ਨਿਆਰੇ ਦੇਸ਼ਾਂ ਕੇ ਬੇਸ ਕੋ ਪ੍ਰਭਾਵ ਹੈ ਉਹਨਾਂ ਨੂੰ ਅਸੀਂ ਕਈ ਵਾਰ ਰੋ ਰੀਤ ਨਾਲ ਗੱਡ ਰਲਗੱਡ ਕਰਕੇ ਕਈ ਵਾਰ ਭੁਲੇਖਾ ਪੈ ਜਾਂਦਾ ਹੈ ਸਿੱਖ ਰਹਿਤ ਮਰਿਆਦਾ ਅਸੀਂ ਇਸ ਦੀਆਂ ਕੁਝ ਅਹਿਮ ਮੱਦਾਂ ਦੇ ਉੱਤੇ ਆਪ ਨਾਲ ਤੇਜ਼ੀ ਨਾਲ ਵਿਚਾਰ ਕਰਾਂਗੇ ਪਰ ਇੱਕ ਸਾਡੀ ਬੇਨਤੀ ਹੈ ਕਿ ਸਿੱਖ ਰਹਿਤ ਮਰਿਆਦਾ ਜੋ ਆਪਨੇ ਪਹਿਲੇ ਦੇਖੀ ਸੀ ਜੋ ਪਹਿਲੀ ਤਸਵੀਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਕੇਵਲ ਪ੍ਰਕਾਸ਼ਕ ਹੈ ਉਹ ਇਸ ਦੇ ਬਣਾਉਣ ਵਾਲੇ ਨਹੀਂ ਹਨ ਹਰ ਸਿੱਖ ਦਾ ਫਰਜ਼ ਹੈ ਕਿ ਜਿਸ ਤਰ੍ਹਾਂ ਵੀ ਹੋਵੇ ਉਹ ਆਪਣੇ ਕੋਲ ਘਟੋ ਘਟ ਹਰ ਘਰ ਦੇ ਵਿੱਚ ਇਹ ਰਹਿਤ ਮਰਿਆਦਾ ਜ਼ਰੂਰ ਹੋਣੀ ਚਾਹੀਦੀ ਹੈ ਤਾਕੇ ਜਿਹੜੇ ਪਰਮਪਲੇਖੇ ਪੈਂਦੇ ਹਨ ਉਹ ਨਾ ਪੈ ਸਕਣ ਅਗਰ ਕੋਈ ਸਾਨੂੰ ਸਵਾਲ ਪੁੱਛਣੇ ਹਨ ਅਸੀਂ ਲੋਕਾਂ ਕੋਲੋਂ ਪੁੱਛਣ ਦੀ ਬਜਾਏ ਖੁਦ ਅਸੀਂ ਵੇਖ ਕੇ ਉਸ ਦੇ ਵਿੱਚੋਂ ਅਸੀਂ ਕਰ ਸਕਦੇ ਹਾਂ ਕਿ ਸਾਡੇ ਲਈ ਕਿਹ ਚੀਜ਼ ਵਿਵਰਜਿਤ ਹੈ ਔਰ ਕਿਹੜੀ ਵਿਵਰਜਿਤ ਨਹੀਂ ਹੈ ਸਿੱਖ ਰਹਿਤ ਮਰਿਆਦਾ ਇਹ ਤਿੰਨ ਲਫ਼ਜ਼ ਹਨ ਜਿਹੜੇ ਇਸ ਕੋਡ ਆਫ ਕੰਡਕਟ ਦੇ ਹਨ ਮਰਿਆਦਾ ਦਾ ਅਰਥ ਹੁੰਦਾ ਹੈ ਮਰਿਆ ਲਫ਼ਜ਼ ਤੋਂ ਬਣਿਆ ਮਰੀਆਦਾ ਦਾ ਜਿਹੜਾ ਸੂਤਰ ਹੈ ਉਹ ਮਰੀਆ ਲਫ਼ਜ਼ ਤੋਂ ਹੈ ਮਰੀਆ ਸੰਸਕ੍ਰਿਤ ਦਾ ਸ਼ਬਦ ਹੈ ਮਰੀਆ ਨਦੀ ਦੇ ਦੋ ਕਿਨਾਰਿਆਂ ਨੂੰ ਕਿਹਾ ਜਾਂਦਾ ਹੈ ਜਦੋਂ ਪਾਣੀ ਨਦੀ ਦੇ ਕਿਨਾਰਿਆਂ ਦੇ ਵਿਚਕਾਰ ਚੱਲਦਾ ਹੈ ਜਦੋਂ ਉਹ ਕਿਨਾਰਿਆਂ ਦੇ ਅੰਦਰ ਤੁਰਦਾ ਹੈ ਵਹਿੰਦਾ ਹੈ ਤਾਂ ਉਹ ਕਿਹਾ ਜਾਂਦਾ ਹੈ ਕਿ ਇਹ ਮਰੀਆ ਮਰੀਆਦਾ ਦੇ ਅੰਦਰ ਹੈ ਜੇਕਰ ਤਾਂ ਪਾਣੀ ਉਹ ਨਦੀ ਦੇ ਕਿਨਾਰਿਆਂ ਦੇ ਅੰਦਰ ਮਰੀਆ ਦੇ ਅੰਦਰ ਹੈ ਤਾਂ ਉਹ ਨਦੀ ਹੈ ਉਸ ਦਾ ਫਾਇਦਾ ਹੈ ਪਰ ਜਦੋਂ ਉਹ ਨਦੀ ਦੇ ਕਿਨਾਰੇ ਤੋੜ ਦਵੇ ਉਹ ਮਰਿਆ ਤੋਂ ਬਾਹਰ ਚਲਾ ਜਾਏ ਫਿਰ ਉਹ ਹੜ ਹੈ ਫਲੱਡ ਹੈ ਤਬਾਈ ਹੈ ਬਰਬਾਦੀ ਹੈ ਸਿੱਖ ਦੀ ਜੀਵਨ ਜਾਂਚ ਵਿੱਚ ਵੀ ਸਿੱਖ ਦੀ ਜੀਵਨ ਵੀ ਅਗਰ ਜੇ ਉਸ ਦਾ ਜੀਵਨ ਵੀ ਮਰਿਆ ਦੇ ਅੰਦਰ ਹੈ ਉਹ ਮਰਿਆਦਾ ਦੇ ਅੰਦਰ ਹੈ ਤਾਂ ਉਹ ਜੀਵਨ ਹੈ ਨਹੀਂ ਤਾਂ ਫਿਰ ਉਹ ਆਪ ਹਰਾ ਹੈ ਪਰ ਮਰਿਆ ਕਿਹੜੀ ਚਾਹੀਦੀ ਹੈ ਮਰਿਆਦਾ ਕਿਹੜੀ ਚਾਹੀਦੀ ਹੈ ਮਰਿਆਦਾ ਤਾਂ ਕਈ ਹੋਣਗੀਆਂ ਕਈ ਕਿਸਮ ਦੀ ਮਰਿਆਦਾ ਪਰਸ਼ੋਤਮ ਸ਼੍ਰੀ ਰਾਮਚੰਦਰ ਜੀ ਨੂੰ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਆਪਣੀ ਮਰਿਆਦਾ ਹੈ ਪਰ ਜਿਹੜੀ ਰਹਿਤ ਰੋਹ ਰੀਤ ਜਾਂ ਰਹਿਤ ਦੀ ਮਰਿਆਦਾ ਹੈ ਉਹ ਸਿੱਖ ਦੀ ਸਿੱਖ ਰਹਿਤ ਮਰਿਆਦਾ ਹੋਣੀ ਚਾਹੀਦੀ ਹੈ ਸੋ ਸਿੱਖ ਰਹਿਤ ਮਰਿਆਦਾ ਇਹ ਤਿੰਨ ਲਫ਼ਜ਼ਾਂ ਦੇ ਵਿੱਚ ਇਸ ਪ੍ਰਵਾਸ਼ਾ ਨੂੰ ਅੰਕਿਤ ਕੀਤਾ ਗਿਆ ਹੈ ਨਾ ਮਰਜਾਦ ਆਇਆ ਕਲ ਪੀਤਰ ਊਠ ਸਦਾਸੀ ਨਾਗਾ ਇਹ ਸਾਇਬ ਦਾ ਬਚਨ ਹੈ ਜਿਹੜਾ ਜੀਵਨ ਜਿਹੜਾ ਵੀ ਜੀਵਨ ਅਗਰ ਮर्यादा ਦੇ ਅੰਦਰ ਨਹੀਂ ਹੈ ਤਾਂ ਫਿਰ ਉਹ ਇਥੋਂ ਫਿਰ ਜੋ ਨੰਗਾ ਹੀ ਇਥੋਂ ਜਾਣਾ ਪੈਣਾ ਹੈ ਹੱਥ ਛਾੜ ਕੇ ਜਾਣਾ ਪੈਣਾ ਹੈ ਸਿੱਖ ਰਹਿਤ ਮर्यादा ਇਸ ਕਿਤਾਬਚੇ ਦੇ ਵਿੱਚ ਸਿੱਖ ਦੇ ਜੀਵਨ ਦੇ ਦੋ ਅੰਗ ਹਨ ਪਹਿਲਾ ਅੰਗ ਹੈ ਉਸ ਦੀ ਨਿੱਜੀ ਜ਼ਿੰਦਗੀ ਉਸ ਦੀ ਸ਼ਖਸੀ ਜ਼ਿੰਦਗੀ ਔਰ ਦੂਸਰਾ ਹੈ ਉਸ ਦੀ ਪੰਥਕ ਜ਼ਿੰਦਗੀ ਪੰਥਕ ਜੀਵਨ ਹਰ ਸਿੱਖ ਨੇ ਨਿੱਜੀ ਤੌਰ ਦੇ ਉੱਤੇ ਵੀ ਆਪਣਾ ਜੀਵਨ ਜਾਇਪਨ ਕਰਨਾ ਹੈ ਉਸ ਦਾ ਨਿੱਜੀ ਪਰਸਨਲ ਇੰਡੀਵਿਜੂਅਲ ਲਾਈਫ ਹੈ ਪਰ ਉਸ ਦੇ ਨਾਲ ਹੀ ਉਸ ਨੇ ਪੰਥ ਦਾ ਅੰਗ ਬਣੇ ਰਹਿਣਾ ਹੈ ਅਗਰ ਪੰਥ ਚੋਂ ਬਾਹਰ ਨਿਕਲ ਜਾਂਦਾ ਹੈ ਤਾਂ ਉਹ ਜੀਵਨ ਨਹੀਂ ਹੈ ਅਗਰ ਪੰਥ ਦੇ ਵਿੱਚ ਉਹ ਹੈ ਤਾਂ ਫਿਰ ਉਸ ਦੇ ਪੰਥਕ ਫਰਜ਼ ਹਨ ਪੰਥਕ ਹੱਕ ਹਨ ਉਸ ਹਰ ਸਿੱਖ ਨੇ ਇਹ ਧਿਆਨ ਰੱਖਣਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਐਸੀ ਗੱਲ ਨਾ ਹੋਵੇ ਕੋਈ ਐਸਾ ਕਰਮ ਕਰਕੇ ਉਹ ਪੰਥ ਦਾ ਅੰਗ ਨਾ ਰਹੇ ਪੰਥ ਤੋਂ ਬਾਹਰ ਹੋ ਜਾਏ ਇਸ ਲਈ ਸਿੱਖ ਦੀ ਜੀਵਨ ਦੇ ਦੋ ਅੰਗ ਹਨ ਉਸ ਦਾ ਨਿੱਜੀ ਜੀਵਨ ਉਸ ਦਾ ਪੰਥਕ ਜੀਵਨ ਇਹਨਾਂ ਦੋਨੋਂ ਚੀਜ਼ਾਂ ਨੂੰ ਬਾਖੂਬੀ ਸਿੱਖ ਰਤ ਬ੍ਰਿਯਾਦਾ ਨੇ ਪੂਰੀ ਤਰ੍ਹਾਂ ਅੰਕਿਤ ਕੀਤਾ ਹੈ ਕੋਡੀਫਾਈ ਕੀਤਾ ਹੈ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਹੈ ਸਿੱਖ ਦੀ ਪਰਿਭਾਸ਼ਾ ਸਿੱਖ ਦੀ ਤਾਰੀਫ ਤਾਰੀਫ ਜਾਂ ਤਾਰੂਫ ਖਾਸ ਇਹ ਤਾਅਰੁਫ ਜਿਹੜੀ ਕਿਹਾ ਜਾਂਦਾ ਹੈ ਉਸ ਤੋਂ ਸ਼ਬਦ ਬਣਿਆ ਹੈ ਉਸਦੀ ਡੈਫੀਨੇਸ਼ਨ ਡੈਫੀਨੇਸ਼ਨ ਦਾ ਮਤਲਬ ਹੁੰਦਾ ਹੈ ਜਿਹੜੀ ਡੈਫੀਨਿਟ ਹੋਏ ਨਿਸ਼ਚਿਤ ਹੋਏ ਸਿੱਖ ਰਤ ਬ੍ਰਿਆਦਾ ਦੀ ਸਿੱਖ ਦੀ ਪਰਿਭਾਸ਼ਾ ਉਹ ਬਹੁਤ ਸਪਸ਼ਟ ਤੌਰ ਦੇ ਉੱਤੇ ਅੰਕਿਤ ਹੈ ਔਰ ਸਾਨੂੰ ਉਸ ਨੂੰ ਬੜੇ ਧਿਆਨ ਨਾਲ ਔਰ ਕਈ ਵਾਰ ਵਾਚਣਾ ਪਏਗਾ ਉਸ ਨੂੰ ਹਰ ਵੇਲੇ ਧਿਆਨ ਵਿੱਚ ਰੱਖਣਾ ਹੈ ਕਿ ਸਿੱਖ ਕੌਣ ਹੈ ਫਾਲੋਅਰ ਦਾ ਮਤਲਬ ਹੁੰਦਾ ਹੈ ਦ ਵਨ ਹੂ ਫਾਲੋਜ਼ ਜਿਹੜਾ ਅਮਲ ਕਰੇ ਜਿਹੜਾ ਉਸ ਦੇ ਉੱਤੇ ਤੁਰੇ ਜੇਕਰ ਨਹੀਂ ਤੁਰਦਾ ਹੈ ਅਗਰ ਇਸ ਪਰਵਾਸ਼ਾ ਨੂੰ ਨਹੀਂ ਮੰਨਦਾ ਉਸ ਨੂੰ ਕੋਈ ਛੋਟ ਨਹੀਂ ਹੈ ਇਸ ਦੇ ਵਿੱਚ ਕਟਵੱਧ ਕਰੇ ਕਟਵੱਧ ਕਰੇ ਜਾਂ ਇਸ ਦੇ ਵਿੱਚ ਕੋ ਵਿਧਾਨ ਦੀ ਕੋਸ਼ਿਸ਼ ਕਰੇ ਜਾਂ ਇਸ ਨੂੰ ਛੋਟਾ ਕਰੇ ਮੈਂ ਸਿੱਖ ਰਤ ਮਰਿਆਦਾ ਵਿੱਚ ਦਿੱਤੀ ਹੋਈ ਜੋ ਸਿੱਖ ਦੀ ਤਾਰੀਫ ਪਰਵਾਸ਼ਾ ਹੈ ਉਹ ਜ਼ਰੂਰ ਆਪ ਨਾਲ ਸਾਂਝੀ ਕਰਨੀ ਚਾਹਾਂਗਾ ਉਹ ਹੈ ਜੋ ਇਸਤਰੀ ਜਾਂ ਪੁਰਸ਼ ਯਾਨੀ ਕਿਸੇ ਤੇ ਕੋਈ پابੰਦੀ ਨਹੀਂ ਹੈ ਕੋਈ ਵੀ ਕਿਸੇ ਵੀ ਜੈਂਡਰ ਦਾ ਉਹ ਸਿੱਖ ਬਣ ਸਕਦਾ ਹੈ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ ਇਸ ਮਦ ਦੇ ਵਿੱਚ ਕੁਝ ਨੁਕਤੇ ਬਹੁਤ ਅਹਿਮ ਹਨ ਸਭ ਤੋਂ ਪਹਿਲੀ ਗੱਲ ਤਾਂ ਹੈ ਉਹ ਸ਼ਰਤ ਹੈ ਕਿ ਇੱਕ ਅਕਾਲ ਪੁਰਖ ਦੇ ਉੱਤੇ ਨਿਸ਼ਚਾ ਰੱਖੇ ਬਹੁ ਦੇਵਾ ਮੰਨਣ ਵਾਲਾ ਜਾਂ ਰੱਬ ਦੇ ਕਈ ਹੋਰ ਕਿਸੇ ਰੂਪ ਵਿੱਚ ਮੰਨਣ ਵਾਲਾ ਉਹ ਨਹੀਂ ਹੋ ਸਕਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੀ ਗੱਲ ਕਹੀ ਸੀ ਜੋ ਬੁਨਿਆਦ ਸੀ ਉਹਨਾਂ ਦੀ ਇੱਕੋ ਇੱਕ ਅਕਾਲ ਪੁਰਖ ਦੀ ਜਿਹੜੀ ਸ਼ਰਤ ਸੀ ਅਗਰ ਉਹ ਇਸ ਨੂੰ ਨਹੀਂ ਮੰਨਦਾ ਤਾਂ ਫਿਰ ਉਹ ਸਿੱਖ ਨਹੀਂ ਹੋ ਸਕਦਾ ਪੂਜਾ ਅਕਾਲ ਕੀ ਇੱਕ ਅਕਾਲ ਪੁਰਖ ਦੀ ਅਰਾਧਨਾ ਇਹ ਸਿੱਖ ਵਤ ਦਾ ਦ੍ਰਿੜਤਾ ਨਾਲ ਆਦੇਸ਼ ਹੈ ਕਿ ਇਸ ਦੇ ਉੱਤੇ ਦ੍ਰਿੜਤਾ ਨਾਲ ਅਮਲ ਕਰਨਾ ਹੈ ਕਿ ਉਹ ਸਿੱਖ ਉਹ ਹੋ ਸਕਦਾ ਹੈ ਜੋ ਕੇਵਲ ਇੱਕ ਅਕਾਲ ਪੁਰਖ ਇੱਕ ਪਰਮਾਤਮਾ ਦੇ ਉੱਤੇ ਯਕੀਨ ਕਰੇ ਉਸ ਦੇ ਨਾਵਾਂ ਨਾਲ ਕੋਈ ਤਲਕ ਨਹੀਂ ਹੈ ਕਹੋ ਨਾਨਕ ਗੁਰਖੋਏ ਪਰਮ ਏਕੋ ਅੱਲੋ ਪਾਰ ਬ੍ਰਹਮ ਔਰ ਦੂਸਰੀ ਗੱਲ ਇਸ ਤੋਂ ਅਗਲੀ ਕਲਾਜ਼ ਹੈ ਕਿ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਸ ਦੇ ਵਿੱਚ 10 ਗੁਰੂ ਸਾਹਿਬਾਨ ਕਿਹੜੇ ਹਨ ਉਹ ਵੀ ਮੁਕਰਰ ਹਨ ਉਹਦਾ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਕੋਈ 11ਵਾਂ 12ਵਾਂ 13ਵਾਂ ਜਾਂ ਹੋਰ ਕੋਈ ਗੁਰੂ ਨਹੀਂ ਹੋ ਸਕਦਾ ਕਿਸੇ ਹੋਰ ਨੂੰ ਗੁਰੂ ਦਾ ਰਤਬਾ ਨਹੀਂ ਦਿੱਤਾ ਜਾ ਸਕਦਾ ਗੁਰੂ ਅਗਰ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਕੇਵਲ ਗੁਰਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਨ ਇਸ ਤੋਂ ਅਗਲੀ ਕਲਾਜ਼ ਉਹ ਸਾਡੇ ਕਈ ਪਰਮਪੁਲੇਖੇ ਦੂਰ ਕਰ ਦੇਗੀ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਇਸ ਦਾ ਮਤਲਬ ਹੈ ਸਿੱਖ ਰਹਿਤ ਬਰੀਆਦਾ ਦੇ ਮੁਤਾਬਕ ਗੁਰਬਾਣੀ ਦੇ ਸਰੋਤ ਦੋ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂ ਸਾਹਿਬਾਨ ਦੀ ਬਾਣੀ ਇਹ ਬਹੁਤ ਹੀ ਅਹਿਮ ਨੁਕਤਾ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਗੁਰਬਾਣੀ ਦਾ ਸਰੋਤ ਨਹੀਂ ਹੈ ਖਾਲਸੇ ਦੀ ਸਿਰਜਣਾ ਦੇ ਦੋ ਸਰੋਤ ਹਨ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਸਿੱਖ ਦੇ ਨਿਤਨੇਮ ਦੇ ਦੋ ਸਰੋਤ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਇਸ ਨੂੰ ਪਹਿਲੀ ਕਲੋਜ਼ ਬੜੇ ਸਪਸ਼ਟ ਤਰੀਕੇ ਦੇ ਨਾਲ ਇਸ ਨੂੰ ਅੰਕਿਤ ਕਰਦੀ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਹਰ ਸਿੱਖ ਨੇ ਉਸ ਦਾ ਨਿਸ਼ਾਨਾ ਖੰਡੇ ਬਾਟੇ ਦੀ ਪਹਲ ਲੈਣੀ ਹੈ ਇਹ ਉਸ ਦਾ ਨਿਸ਼ਾਨਾ ਹੈ ਅਗਰ ਉਹ ਨਹੀਂ ਲੈਂਦਾ ਇਸ ਵਿੱਚ ਅਗਰ ਕੋਈ ਯਕੀਨ ਨਹੀਂ ਰੱਖਦਾ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦਾ ਮੈਂ ਕੇਵਲ ਬਾਕੀ ਗੁਰੂ ਸਾਹਿਬਾਨ ਨੂੰ ਮੰਨਦਾ ਹਾਂ ਜਾਂ ਫੁਲਾਣੇ ਨੂੰ ਮੰਨਦਾ ਹਾਂ ਫੁਲਾਣੇ ਨੂੰ ਨਹੀਂ ਮੰਨਦਾ ਤਾਂ ਨਹੀਂ ਹੋ ਸਕਦਾ ਉਸ ਵਿੱਚ ਲਫ਼ਜ਼ ਹੈ ਦਸਾਂ ਗੁਰੂ ਸਾਹਿਬਾਨ ਦਸਾਂ ਗੁਰੂ ਸਾਹਿਬਾਨ ਦਾ ਮਤਲਬ ਹੁੰਦਾ ਹੈ 올10 ਸਾਰੇ ਗੁਰੂ ਸਾਹਿਬਾਨ ਦੇ ਉੱਤੇ ਨਿਸ਼ਚਾ ਰੱਖਣਾ ਉਹਨਾਂ ਦੀ ਬਾਣੀ ਦੇ ਉੱਤੇ ਨਿਸ਼ਚਾ ਰੱਖਣਾ ਅਤੇ ਇਸ ਤੋਂ ਇਲਾਵਾ ਇੱਕ ਹੋਰ ਇਸ ਵਿੱਚ ਅਹਿਮ ਕਲਾਜ਼ ਹੈ ਜੋ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਸਿੱਖ ਉਹ ਹੈ ਜਿਸ ਦਾ ਧਰਮ ਇੱਕ ਹੈ ਕਿਸੇ ਹੋਰ ਧਰਮ ਨੂੰ ਮੰਨਣ ਵਾਲਾ ਇਸ ਵਿੱਚ ਸ਼ਰਧਾ ਤਾਂ ਰੱਖ ਸਕਦਾ ਹੈ ਪਰ ਉਹ ਸਿੱਖ ਨਹੀਂ ਅਖਵਾ ਸਕਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਜਿਸ ਵੇਲੇ ਪਾਈ ਮੰਝ ਆਏ ਸੀ ਤਾਂ ਉਹਨਾਂ ਨੇ ਕਿਹਾ ਸੀ ਸਤਗੁਰੂ ਕਿਰਪਾ ਕਰੋ ਸਿੱਖੀ ਦੀ ਦਾਤ ਬਖਸ਼ੋ ਉਹਨਾਂ ਨੇ ਪੁੱਛਿਆ ਸੀ ਤੇਰਾ ਕੀ ਧਰਮ ਹੈ ਤੂੰ ਕੀ ਮੰਨਦਾ ਹੈ ਉਸਦੇ ਕਿਹਾ ਸੀ ਮੈਂ ਸਖੀ ਸਰਵਰੀਆ ਹਾਂ ਤਾਂ ਹਜ਼ੂਰ ਨੇ ਕਿਹਾ ਸੀ ਕਿ ਅ ਇਮਾਰਤ ਤੇ ਇਮਾਰਤ ਨਹੀਂ ਟਿਕਦੀ ਜੇ ਕਿਦਰੇ ਇਮਾਰਤ ਬਣਾਣੀ ਹੋਏ ਤਾਂ ਪਹਿਲਾਂ ਜ਼ਮੀਨ ਫਦਰੀ ਕਰਨੀ ਪੈਂਦੀ ਹੈ ਫਿਰ ਉਸ ਦੇ ਉੱਤੇ ਇਮਾਰਤ ਬਣ ਸਕਦੀ ਹੈ ਸੋ ਇਹ ਪਹਿਲੀ ਕਲੋਜ਼ ਬਹੁਤ ਹੀ ਅਹਿਮ ਸੀ ਜਿਸ ਨੂੰ ਅਸੀਂ ਵਿਸਥਾਰ ਨਾਲ ਵਿਚਾਰ ਕੀਤੀ ਹੈ ਕਿ ਸਿੱਖ ਉਹ ਹੈ ਜੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਇੱਕ ਅਕਾਲ ਪੁਰਖ ਨੂੰ ਮੰਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਨਾਨਕ ਗੋਬਿੰਦ ਸਿੰਘ ਸਾਹਿਬ ਤੱਕ ਦਸਾਂ ਬਾਦਸ਼ਾਹੀਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸ਼ਚੈ ਰੱਖੇ ਅਤੇ ਕਿਸੇ ਹੋਰ ਧਰਮ ਨੂੰ ਨਾ ਮੰਨੇ ਉਹ ਸਿੱਖ ਹੈ ਇਹ ਪਹਿਲੀ ਸ਼ਰਤ ਹੈ ਇਹ ਬੁਨਿਆਦ ਹੈ ਇਹ ਮੁੱਢ ਹੈ ਇਹ ਉਦੀਨੀ ਹੈ ਇਸ ਦੇ ਉੱਤੇ ਹੀ ਸਿੱਖੀ ਦਾ ਮਹਿਲ ਖੜਾ ਹੈ ਇਸ ਵਿੱਚ ਕਿਸੇ ਕਿਸਮ ਦੀ ਨਾ ਕਿਸੇ ਨੂੰ ਛੋਟ ਹੈ ਨਾ ਕਿਸੇ ਨੂੰ ਇਸ ਦੇ ਵਿੱਚ ਕੋਈ ਹੋਰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਸੋ ਹੁਣ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਉਸ ਦੇ ਬਾਅਦ ਕੋਸ਼ਿਸ਼ ਕਰਾਂਗੇ ਹਾਲਾਂ ਇਹ ਜੋ ਵਿਸ਼ਾ ਹੈ ਬਹੁਤ ਲੰਬਾ ਹੈ ਅਸੀਂ ਕਿਸੇ ਵੇਲੇ ਵਿਸਥਾਰ ਸਹਿਤ ਕਰਾਂਗੇ ਅੱਜ ਕੇਵਲ ਸਿਕਰਤ ਮਰਿਆਦਾ ਦੀ ਇੱਕ ਇੰਟਰੋਡਕਸ਼ਨ ਸੀ ਜਿਹੜੀ ਕਿ ਅਸੀਂ ਜਾਣ ਪਛਾਣ ਕਰਾਣੀ ਹੈ ਅਸੀਂ ਇਸ ਬ੍ਰੇਕ ਦੇ ਬਾਅਦ ਕੁਝ ਥੋੜੇ ਵਿਸਥਾਰ ਵਿੱਚ ਜਾਣ ਤੋਂ ਬਾਅਦ ਆਪਦੀਆਂ ਕਾਲਸ ਲਵਾਂਗੇ ਆਪ ਦਿੱਤੇ ਹੋਏ ਨੰਬਰਾਂ ਦੇ ਉੱਤੇ ਸਟੂਡੀਓ ਦੇ ਕਾਲ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸੋ ਅਗਲਾ ਇੱਕ ਛੋਟਾ ਜਿਹਾ ਬ੍ਰੇਕ ਉਸ ਦੇ ਬਾਅਦ ਮੜ ਆਪਦੀ ਸੇਵਾ ਵਿੱਚ ਹਾਜ਼ਰ ਹੁੰਦੇ ਸਿੱਖ ਰਹਿਤ ਮਰਿਆਦਾ ਦੇ ਇਸ ਉ체ਚੇ ਪ੍ਰੋਗਰਾਮ ਵਿੱਚ ਆਪ ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਮੁੜ ਨਿੱਘਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਸੀ ਸਿੱਖ ਰਹਿਤ ਮਰਿਆਦਾ ਦੀਆਂ ਉਹਨਾਂ ਮਦਾਂ ਦੀ ਔਰ ਜਿਹੜੀਆਂ ਪੰਥ ਨੇ ਉਹ ਇਕੱਠੇ ਹੋ ਕੇ ਉਹ ਗੁਰੂ ਪੰਥ ਦਾ ਇੱਕ ਦਸਤਾਵੇਜ਼ ਹੈ ਜਿਹੜੀ ਮਰਿਆਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਅਧਿਕਾਰ ਗੁਰੂ ਪੰਥ ਨੂੰ ਦਿੱਤਾ ਸੀ ਉਹ ਗੁਰੂ ਪੰਥ ਨੇ ਦਿੱਤਾ ਹੈ ਉਸ ਦੇ ਮੁਤਾਬਕ ਇਹ ਰਹਿਤ ਮਰਿਆਦਾ ਤਿਆਰ ਹੋਈ ਹੈ ਜੇਕਰ ਕਹਿ ਲਿਆ ਜਾਏ ਜਿਵੇਂ ਬਰਨਾਰਡ ਸ਼ਾ ਨੇ ਇੱਕ ਵਾਰ ਕਿਹਾ ਸੀ ਇੰਗਲੈਂਡ ਐਂਡ ਅਮਰੀਕਾ ਡਿਵਾਈਡਡ ਬਾਈ ਦੀ ਸੇਮ ਲੈਂਗੁਏਜ ਕਈ ਵਾਰ ਵੇਖਦੇ ਹਾਂ ਇਹ ਰਹਿਤ ਮਰਿਆਦਾ ਇਕੱਠੇ ਕਰਨ ਦੀ ਬਜਾਏ ਕਈ ਵਾਰ ਇਸ ਦੀ ਜਾਣ ਪਛਾਣ ਨਾ ਹੋਣ ਕਰਕੇ ਜਾਂ ਕੋਈ ਆਪਣੀ ਹੋਂਮੇ ਯਾ ਹੋਰ ਕਿਸੇ ਟੰਗ ਦੇ ਨਾਲ ਇਹ ਵਿਵਾਦ ਦਾ ਕਾਰਨ ਬਣਦੀ ਹੈ ਪਰ ਜੇਕਰ ਅਸੀਂ ਇਸ ਨੂੰ ਗੁਰੂ ਪੰਥ ਦਾ ਦਿੱਤਾ ਦਸਤਾਵੇਜ਼ ਸਮਝ ਕੇ ਕਿ ਸਾਰੇ ਪੰਥ ਦਾ ਦਸਤਾਵੇਜ਼ ਹੈ ਫਿਰ ਕੋਈ ਦੁਬਦਾ ਨਹੀਂ ਜਿਹੜੇ ਵਿਦਵਾਨ ਉਸ ਵੇਲੇ ਸਣ ਜਿਹੜੇ ਗੁਰਮੁਖ ਉਸ ਵੇਲੇ ਇਕੱਤਰ ਹੋਏ ਨਾ ਉਸ ਤਰ੍ਹਾਂ ਦੀ ਇਕੱਤਰਤਾ ਅੱਜ ਹੋ ਸਕਦੀ ਹੈ ਨਾ ਕਿਸੇ ਨੇ ਕਰਨ ਦੇਣੀ ਹੈ ਅਸੀਂ ਇਸ ਦੀਆਂ ਮਦਾਂ ਦੀ ਜਿਹੜੀ ਆਪ ਜੀ ਨਾਲ ਵਿਚਾਰ ਕਰ ਰਹੇ ਸੀ ਉਹ ਬਹੁਤ ਤੇਜ਼ੀ ਨਾਲ ਕਰਾਂਗੇ ਸਮੇ ਨੂੰ ਦੇਖਦਿਆਂ ਹੋਇਆਂ ਜਿਹੜੀ ਸ਼ਖਸੀ ਰਹਿਣੀ ਹੈ ਸ਼ਖਸੀ ਤੇ ਪੰਥਕ ਜਾਤੀ ਤੇ ਜਮਾਤੀ ਜਿਹੜੀ ਜਾਤੀ ਹੈ ਉਸ ਵਿੱਚ ਨਾਮ ਬਾਣੀ ਦਾ ਅਭਿਆਸ ਹੈ ਨਾਮ ਬਾਣੀ ਦਾ ਅਭਿਆਸ ਸਿੱਖ ਨੇ ਅੰਮ੍ਰਿਤ ਵੇਲੇ ਪਹਿਰ ਰਾਤ ਰੈਂਦੀ ਉੱਠ ਕੇ ਜਾਗ ਕੇ ਸ਼ਰਨ ਕਰਨਾ ਔਰ ਇੱਕ ਅਕਾਲ ਪੁਰਖ ਦਾ ਧਿਆਨ ਕਰਦਿਆਂ ਹੋਇਆਂ ਵਾਹਿਗੁਰੂ ਦਾ ਜਾਪ ਕਰਨਾ ਹੈ ਅਗਲੀ ਜੋ ਹੈ ਉਹ ਨਿਤਨੇਮ ਕਰਨਾ ਹੈ ਨਿਤਨੇਮ ਦੇ ਵਿੱਚ ਜਿਹੜੀਆਂ ਬਾਣੀਆਂ ਅੰਕਿਤ ਕੀਤੀਆਂ ਗਈਆਂ ਹਨ ਉਹ ਹਨ ਜਪਜੀ ਜਪ ਅਤੇ 10 ਵਈਏ ਸਰਾਵਕ ਸੋਦ ਵਾਲੇ। ਔਰ ਸ਼ਾਮ ਨੂੰ ਸੋਦਰ ਰਹਿਰਾਜ ਸਾਹਿਬ ਔਰ ਨਾਲ ਹੀ ਰਾਤ ਨੂੰ ਸੌਣ ਲੱਗਿਆ ਸੋਹਿਲਾ ਸਾਹਿਬ ਦਾ ਪਾਠ ਕਰਨਾ ਹੈ। ਔਰ ਜੋ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਹਨ ਉਹ ਪੰਜ ਬਾਣੀਆਂ ਜਪਜੀ ਸਾਹਿਬ, ਜਾਪ ਸਾਹਿਬ, ਸੋਈਏ, ਚੋਪਈ ਤੇ ਅਨੰਦ ਸਾਹਿਬ ਹਨ। ਇਸੇ ਤਰੀਕੇ ਦੇ ਨਾਲ ਅਗਲੀ ਮੱਧ ਹੈ ਜੋ ਜਾਤੀ ਤੌਰ ਤੇ ਹੈ ਉਹ ਅਰਦਾਸ ਦੀ ਬਾਤ ਹੈ। ਅਰਦਾਸ ਵਾਰ ਸ੍ਰੀ ਪਗਉਤੀ ਜੀ ਕੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਉਹਨਾਂ ਦੇ ਮੁਖਾਰਬਨ ਤੋਂ ਸ੍ਰੀ ਮੁਖਵਾਕ ਬਾਣੀ ਹੈ ਜਿਹੜੀ ਕਿ ਅਰਦਾਸ ਦਾ ਹਿੱਸਾ ਹੈ ਜਿਹੜੀ ਅਰਦਾਸ ਸ਼ਾਮਿਲ ਕੀਤੀ ਗਈ ਹੈ ਔਰ ਅਖੀਰਲੀ ਤੋ ਕਰਦਾਸ ਦੀ ਹੈ ਜੋ ਉਸ ਦੇ ਵਿੱਚ ਲਿਖਿਆ ਹੈ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਕਾ ਪਲਾ ਪਹਿਲੀ ਪੌੜੀ ਵਾਰ ਸ੍ਰੀ ਭਗਉਤੀ ਜੀ ਕੀ ਔਰ ਅਖੀਰਲੀ ਤੋਕ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ ਕਈ ਵਾਰ ਇਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਲਈ ਵਾਰ ਸ੍ਰੀ ਪਗਉਤੀ ਜੀ ਕੀ ਦੇ ਉੱਤੇ ਇਤਰਾਜ਼ ਕਰਨ ਲਈ ਕਈ ਦਫਾ ਪੰਥ ਨੂੰ ਆਪਣਾ ਆਤਾਬ ਔਰ ਆਪਣੀ ਸ਼ਕਤੀ ਇਸਤੇਮਾਲ ਕਰਦਿਆਂ ਹੋਇਆ ਉਹਨਾਂ ਨੂੰ ਪੰਥ ਬਦਲ ਕਰਨਾ ਪਿਆ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਇਸ ਅਰਦਾਸ ਦੇ ਬਾਅਦ ਪੰਜਾਂ ਤਖਤਾਂ ਦੀ ਅਰਦਾਸ ਹੈ ਇਹ ਪੰਜ ਤਖਤ ਸਿੱਖੀ ਦਾ ਆਧਾਰ ਹਨ ਇਹਨਾਂ ਦਾ ਧਿਆਨ ਧਰਨਾ ਇਹਨਾਂ ਨੂੰ ਧਿਆਨ ਧਰਦਿਆਂ ਹੋਇਆ ਵਾਹਿਗੁਰੂ ਦਾ ਧਿਆਨ ਕਰਨਾ ਹੈ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨਾ ਹੈ ਇਸ ਤੋਂ ਅਗਲੀ ਮੱਧ ਜੋ ਹੈ ਉਹ ਹੈ ਸਾਧ ਸੰਗਤ ਵਿੱਚ ਜੁੜ ਕੇ ਗੁਰਬਾਣੀ ਦਾ ਅਭਿਆਸ ਕਰਨਾ ਉਹਦੇ ਲਈ ਗੁਰਦੁਆਰਾ ਹੈ ਗੁਰਦੁਆਰੇ ਦੇ ਵਿੱਚ ਜੋ ਪ੍ਰਧਾਨਤਾ ਹੈ ਜੋ ਪ੍ਰਮੁਖਤਾ ਹੈ ਗੁਰਦੁਆਰਾ ਉਹ ਹੈ ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਸਨਮਾਨ ਆਦਰ ਸਤਕਾਰ ਦੇ ਨਾਲ ਉਹਦਾ ਪ੍ਰਕਾਸ਼ ਕੀਤਾ ਜਾਏ ਇਹ ਜੋ ਮੱਧ ਹੈ ਗੁਰਦੁਆਰੇ ਦੀ ਔਰ ਉਸਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਗੁਰਦੁਆਰੇ ਵਿੱਚ ਕਿਸੇ ਕਿਸਮ ਦੀ ਕੋਈ ਮੂਰਤੀ ਬਣਾਣੀ ਉਹ ਵਿਵਰਜਿਤ ਹੈ ਔਰ ਨਾਲ ਹੈ ਗੁਰਦੁਆਰੇ ਵਿੱਚ ਗੁਰੂ ਸਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ ਮਨਾ ਹਨ ਇਸ ਤੋਂ ਬਾਅਦ ਗੁਰਦੁਆਰੇ ਵਿੱਚ ਕਿਹੜੀ ਮਰਿਆਦਾ ਹੈ ਉਸ ਵਿੱਚ ਕਿਸ ਤਰ੍ਹਾਂ ਕਰਨਾ ਹੈ ਪ੍ਰਕਾਸ਼ ਕਿਸ ਤਰ੍ਹਾਂ ਕਰਨਾ ਹੈ ਉਹ ਗੁਰਦੁਆਰੇ ਵਾਲੀ ਕਲੌਜ਼ ਵਿੱਚ ਹੈ ਅਗਲਾ ਸੈਕਸ਼ਨ ਜੋ ਹੈ ਉਹ ਪੰਜਾਂ ਤਖਤਾਂ ਦੀ ਬਰਿਆਦਾ ਹੈ ਪੰਜ ਤਖਤ ਹਨ ਤਖਤ ਕਿਹੜੇ ਹਨ ਔਰ ਨਾਲ ਹੀ ਇਹ ਵੀ ਲਿਖਿਆ ਹੈ ਤਖਤਾਂ ਦੇ ਖਾਸ ਸਥਾਨ ਦੇ ਉੱਤੇ ਕੇਵਲ ਤਿਆਰਬਰ ਤਿਆਰ ਰਹਿਤਵਾਨ ਸਿੰਘ ਹੀ ਜਾ ਸਕਦਾ ਹੈ ਦੂਸਰਾ ਉਸ ਦੇ ਉੱਤੇ ਨਹੀਂ ਜਾ ਸਕਦਾ ਉਹਦੇ ਵਿੱਚ ਇੱਕ ਚੀਜ਼ ਬਹੁਤ ਅਹਿਮ ਹੈ ਤਖਤਾਂ ਦੇ ਉੱਤੇ ਪੰਜ ਤਖਤ ਹਨ ਕਿਸੇ ਵੀ ਤਖਤ ਦੇ ਉੱਤੇ ਕਿਸੇ ਵੀ ਗੈਰ ਸਿੱਖ ਦੀ ਅਰਦਾਸ ਤਾਂ ਹੋ ਸਕਦੀ ਹੈ ਕਿਸੇ ਵੀ ਮੁਸਲਮਾਨ ਦੀ ਹਿੰਦੂ ਦੀ ਈਸਾਈ ਦੀ ਜਾਂ ਨਾਸਤਿਕ ਦੀ ਵੀ ਅਰਦਾਸ ਹੋ ਸਕਦੀ ਹੈ ਪਰ ਅਗਰ ਕੋਈ ਸਿੱਖ ਫਤਤ ਹੈ ਜਾਂ ਤਨਖਾਇਆ ਹੈ ਉਸ ਦੀ ਅਰਦਾਸ ਵੀ ਕਬੂਲ ਨਹੀਂ ਉਸ ਦੀ ਪੇਟਾ ਕਬੂਲ ਨਹੀਂ ਉਸ ਦੀ ਅਰਦਾਸ ਨਹੀਂ ਹੋ ਸਕਦੀ ਇੱਕ ਬਹੁਤ ਵੱਡੀ ਤਾੜਨਾ ਹੈ ਹਰ ਸਿੱਖ ਲਈ ਕਿ ਉਸ ਨੇ ਧਿਆਨ ਰੱਖਣਾ ਹੈ ਕਿ ਉਹ ਕਿਦਰੇ ਐਸਾ ਨਾ ਹੋਏ ਕਿ ਉਹ ਕਿਦਰੇ ਐਸੇ ਗੁਨਾਹ ਦਾ ਪਾਗੀ ਬਣੇ ਕਿ ਉਸ ਦੀ ਅਰਦਾਸ ਵੀ ਨਾ ਹੋ ਸਕੇ ਅਗਲੀ ਮੱਦ ਜੋ ਹੈ ਉਹ ਹੈ ਕੀਰਤਨ ਦੀ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ ਇਹ ਬਹੁਤ ਅਹਿਮ ਹੈ ਕਈ ਦਫਾ कीर्तन कथा और संगत ਦੇ ਵਿੱਚ ਪਾਠ ਇਹਦੇ ਲਈ ਸ਼ਰਤ ਲੱખી ਗਈ ਹੈ ਕਿ ਉਹ ਸਿੱਖ ਕਰ ਸਕਦਾ ਹੈ ਦਰ ਅਸਲ ਜਿਸ ਵੇਲੇ ਉਹ ਇਹ ਕਾਰਜ ਕਰਦਾ ਹੈ ਸੰਗਤ ਰੂਪ ਵਿੱਚ ਨਿਜੀ ਤੌਰ ਤੇ ਉੱਤੇ ਨਿਜੀ ਰੂਪ ਵਿੱਚ ਕੋਈ ਕੋਈ ਉਸ ਦੇ ਵਿੱਚ پابੰਦੀ ਨਹੀਂ ਹੈ ਪਰ ਸੰਗਤੀ ਰੂਪ ਵਿੱਚ ਜਦੋਂ ਕਰਨਾ ਹੈ ਉਹ ਇੱਕ ਕਿਸਮ ਦੇ ਗ੍ਰੰਥੀ ਦਾ ਰੋਲ ਅਦਾ ਕਰਦਾ ਕਦੀ ਅਸੀਂ ਸੋਚ ਨਹੀਂ ਸਕਦੇ ਕਿ ਪਾਦਰੀ ਕਿਸੇ ਮੁਸਲਮਾਨ ਨੂੰ ਲਗਾ ਦਿੱਤਾ ਜਾਏ ਜਾਂ ਮੌਲਵੀ ਜੋ ਹੈ ਉਹ ਖੁਤਬਾ ਪੜਨ ਵਾਲਾ ਕਿਸੇ ਸਿੱਖ ਨੂੰ ਲਗਾ ਦਿੱਤਾ ਜਾਏ ਸੋ ਜੋ ਕਥਾ ਕੀਰਤਨ ਔਰ ਜੋ ਵਿਆਖਿਆਨ ਜੋ ਕਥਾ ਕੀਰਤਨ ਔਰ ਪਾਠ ਹੈ ਜੋ ਸੰਗਤ ਦੇ ਵਿੱਚ ਕਰਨਾ ਹੈ ਉਹ ਇੱਕ ਕਿਸਮ ਦਾ ਗੁਰੂ ਦਾ ਰੂਪ ਹੋ ਕੇ ਕੀਰਤਨ ਕਰਨਾ ਉਸ ਸਿੱਖ ਦੇ ਰੂਪ ਵਿੱਚ ਕਰਨਾ ਇਹ ਸ਼ਰਤ ਲਾਜ਼ਮੀ ਹੈ ਸੰਗਤ ਵਿੱਚ ਕੀਰਤਨ ਜੋ ਲਿਖਿਆ ਹੈ ਨਾਲ ਉਸ ਦੀ ਇੱਕ ਸ਼ਰਤ ਹੋਰ ਹੈ ਕੀਰਤਨ ਦੇ ਵਿੱਚ ਵਾਧੂ ਤੁਕਾਂ ਲਾ ਕੇ ਜੋੜ ਕੇ ਕਰਨਾ ਭਾਵੇਂ ਉਹ ਕੋਈ ਵੀ ਹੈ ਉਸ ਵਿੱਚ ਵਿਆਖਿਆਨ ਕਰਨਾ ਲੈਕਚਰ ਦੇਣੇ ਜਾਂ ਹੋਰ ਕੁਝ ਕਰਨਾ ਇਹ ਬਿਲਕੁਲ ਮਨਾ ਹੈ ਅਗਰ ਕੋਈ ਵੀ ਕਰ ਰਿਹਾ ਹੈ ਤਾਂ ਉਹ ਗਲਤ ਹੈ ਉਸ ਵਿੱਚ ਕੋਈ ਇਹ ਜੋ ਹੈ ਵਿਵਰਜਿਤ ਹੈ ਔਰ ਉਸ ਦੀ ਮर्यादा ਦੀ ਉਲੰਘਣਾ ਕਰ ਰਿਹਾ ਹੈ ਅਗਲੀ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਭੋਗ ਪਾਠ ਦੀ ਸਮਾਪਤੀ ਕੜਾ ਪ੍ਰਸ਼ਾਦ ਦੀ ਵਿਧੀ ਕਿਸ ਤਰ੍ਹਾਂ ਹੈ ਉਸ ਐਸੀ ਵਿਧੀ ਦਿੱਤੀ ਗਈ ਹੈ ਤੇ ਹਾਫਲ ਚੀਨੀ ਆਟਾ ਔਰ ਕਿਉ ਇੱਕੋ ਮਾਤਰਾ ਦੇ ਵਿੱਚ ਇਹ ਅੰਕਤ ਹੈ ਔਰ ਇਹ ਵੀ ਬੜੀ ਕਮਾਲ ਦੀ ਚੀਜ਼ ਹੈ ਅਗਰ ਇਸ ਵਿਧੀ ਨਾਲ ਤਿਆਰ ਕੀਤਾ ਜਾਏ ਪਰ ਉਸ ਦੇ ਨਾਲ ਬਾਣੀ ਪੜਦਿਆਂ ਹੋਇਆਂ ਪਾਠ ਕਰਦਿਆਂ ਹੋਇਆਂ ਇਹ ਤਿਆਰ ਕਰਨਾ ਹੈ ਸੋ ਇਸ ਵਿਧੀ ਨਾਲ ਤਿਆਰ ਕਰਕੇ ਜਾਂ ਕਰਾ ਕੇ ਲਿਆਂਦਾ ਹੋਇਆ ਪ੍ਰਸ਼ਾਦ ਹੀ ਪਰਵਾਨ ਹੈ ਔਰ ਇਹ ਇਹਦੀ ਰੈਸিপি ਵੀ ਅੰਕਤ ਕਰ ਦੇਣ ਦਾ ਮਤਲਬ ਇਹ ਹੋ ਗਿਆ ਕਿ ਸਾਰੇ ਸੰਸਾਰ ਦੇ ਵਿੱਚ ਇੱਕੋ ਕੜਾ ਪ੍ਰਸ਼ਾਦ ਹੈ ਇਹ ਨਹੀਂ ਕਿ ਕਿਧਰੇ ਅਮੀਰ ਸੰਗਤ ਹੈ ਜਾਂ ਵੱਡੀ ਸੰਗਤ ਹੈ ਇਹ ਛੋਟੀ ਸੰਗਤ ਹੈ ਤਾਂ ਉਸ ਵਿੱਚ ਕੋਈ ਫਰਕ ਪਵੇਗਾ ਇਸੇ ਤਰੀਕੇ ਦੇ ਨਾਲ ਅਗਲੀ ਮੱਧ ਹੈ ਗੁਰਬਾਣੀ ਦੀ ਕਥਾ ਗੁਰਬਾਣੀ ਦੀ ਕਥਾ ਦੇ ਵਿੱਚ ਸਪਸ਼ਟ ਅੰਕਤ ਹੈ ਕਿ ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਹੁਣ ਇਹ ਬਹੁਤ ਅਹਿਮ ਹੈ ਨਾ ਕੇਵਲ ਗੁਰੂ ਗ੍ਰੰਥ ਸਾਹਿਬ ਬਲਕਿ 10 ਗੁਰੂ ਸਾਹਿਬਾਨ ਦੀ ਬਾਣੀ ਦੀ ਕਥਾ ਭਾਈ ਗੁਰਦਾਸ ਜੀ ਭਾਈ ਨੰਦ ਲਾਲ ਜੀ ਜਾਂ ਹੋਰ ਕਿਸੇ ਪ੍ਰਮਾਣਿਕ ਗ੍ਰੰਥ ਦੀ ਹੋ ਸਕਦੀ ਹੈ ਇਸ ਤੋਂ ਬਾਅਦ ਗੁਰਮਤ ਦੀ ਰਹਿਣੀ ਇਹ ਬਹੁਤ ਇੱਕ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਹੈ ਗੁਰਮਤਿ ਦੀ ਰਹਿਣੀ ਕਿਰਤ ਵਿਰਤ ਗੁਰਮਤਿ ਅੰਸਾਰ ਹੋਵੇ ਗੁਰਮਤਿ ਕੀ ਹੈ ਉਹ ਹੈ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤਾ ਦੀ ਉਪਾਸ਼ਨਾ ਨਹੀਂ ਕਰਨੀ ਆਪਣੇ ਮੁਕਤੀ ਦਾਤਾ ਤੇ ਇਸ਼ਟ ਕੇਵਲ 10 ਗੁਰੂ ਸਹਿਬਾਨ ਇਹ ਬਹੁਤ ਧਿਆਨ ਦੇਣ ਵਾਲੀ ਹੈ 10 ਗੁਰੂ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨਣਾ ਆਪਣਾ ਮੁਕਤੀ ਦਾਤਾ ਔਰ ဣਸ਼ਟ ਜਿਵੇਂ ਆਪਨੇ ਪਹਿਲੇ ਦੇਖਿਆ ਹੈ ਕਥਾ ਵੀ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਹਿਬਾਨ ਸਿੱਖ ਹੋਇਆ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਹਿਬਾਨ ਦੀ ਬਾਣੀ ਔਰ ਗੁਰੂ ਕਥਾ ਵੀ ਇਸ ਦੇ ਵਿੱਚ ਜੋ ਹੈ ਉਹ ਆਪਣਾ ਮੁਕਤੀ ਦਾਤਾ ਔਰ ဣਸ਼ਟ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਤੇ 10 ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨੇ ਗੁਰੂ 10 ਗੁਰੂ ਸਹਿਬਾਨ ਨੂੰ ਕੇਵਲ ਇੱਕ ਜੋਤ ਮੰਨਣਾ ਹੈ ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸ ਹਮੂ ਰਤਨ ਜੋਹਰ ਹਮੂ ਮਾਨਕ ਅਸ ਪਰ ਨਾਲ ਇੱਕ ਗੱਲ ਹੋਰ ਬਹੁਤ ਸਪਸ਼ਟ ਹੈ ਕਿ ਕਿਸੇ ਕਿਸਮ ਦੇ ਹੋਰ ਕਰਮ ਕਾਂਡ ਨੂੰ ਨਹੀਂ ਕਰਨਾ ਪਰ ਇੱਕ ਸ਼ਰਤ ਹੈ ਕਿ ਖਾਲਸਾ ਸਾਰੇ ਮਤਾਂ ਤੋਂ ਨਿਆਰਾ ਰਹੇ ਪਰ ਕਿਸੇ ਅੰਤਰਮੀ ਦਾ ਦਿਲ ਨਾ ਦੁਖਾਵੇ ਸਿੱਖ ਲਈ ਗੁਰਮੁਖੀ ਵਿਦਿਆ ਪੜ੍ਹਨੀ ਜ਼ਰੂਰੀ ਹੈ ਹੋਰ ਵਿਦਿਆ ਵੀ ਪੜ੍ਹੇ ਅਮਲ ਪ੍ਰਸ਼ਾਦੇ ਦਾ ਰੱਖੇ ਨਖ ਕੰ ਛੇਦਣਾ ਮਨਾ ਹੈ ਗੁਰੂ ਕਾ ਸਿੱਖ ਕੰਨਿਆ ਨਾ ਮਾਰੇ ਕੁੜੀ ਮਾਰ ਨਾਲ ਨਾ ਵਰਤੇ ਵਰਤਨ ਦਾ ਅਰਥ ਹੈ ਰਿਸ਼ਤੇ ਨਾ ਤੇ ਕਰਨਾ ਤੇ ਧਰਮ ਦੀ ਕਿਰਤ ਕਰਕੇ ਨਿਰਵਾਹ ਕਰੇ ਗਰੀਬ ਦੀ ਰਸਤਾ ਨੂੰ ਗੁਰੂ ਦੀ ਗੋਲਕ ਜਾਣੇ ਔਰ ਹਰ ਕਿਸੇ ਨੂੰ ਮਿਲਣ ਲੱਗਿਆਂ ਵਾਹਿਗੁਰੂ ਜੀ ਕੀ ਫਤਿਹ ਬਲਾਵੇ ਔਰ ਸਿੱਖ ਲਈ ਕਛਹਿਰੇ ਅਤੇ ਦਸਤਾਰ ਤੋਂ ਛੋਟ ਪੋਸ਼ਾਕ ਦੀ ਕੋਈ پابੰਦੀ ਨਹੀਂ ਹੈ ਕਛਹਿਰੇ ਔਰ ਦਸਤਾਰ ਦੀ پابੰਦੀ ਹੈ ਹੋਰ ਕਿਸੇ ਕਿਸਮ ਦੀ ਪੋਸ਼ਾਕ ਦੇ ਉੱਤੇ ਕੋਈ پابੰਦੀ ਨਹੀਂ ਹੈ ਇਸ ਤੋਂ ਬਾਅਦ ਜਨਮ ਤੇ ਨਾਮ ਸੰਸਕਾਰ ਹਨ ਉਹਨਾਂ ਦੇ ਵਿੱਚ ਕੀ ਕਰਨਾ ਹੈ ਅਨੰਦ ਸੰਸਕਾਰ ਮਿਰਤਨ ਮਿਰਤਕ ਸੰਸਕਾਰ ਹਨ ਪਰ ਇਸ ਦੇ ਬਾਅਦ ਜਿਹੜੀ ਅਗਲੀ ਰਸਮ ਹੈ ਮਿਰਤਕ ਸੰਸਕਾਰ ਦੇ ਬਾਅਦ ਫਿਰ ਪੰਥਕ ਰਹਿਣੀ ਹੈ ਚਾਰ ਸੰਸਕਾਰ ਨਿੱਜੀ ਹਨ ਪੰਥਕ ਸੰਸਕਾਰ ਹਨ ਉਹ ਅੰਮ੍ਰਿਤ ਕਿੱਦਾ ਤਿਆਰ ਕਰਨਾ ਹੈ ਅੰਮ੍ਰਿਤ ਦੀ ਵਿਧੀ ਕੀ ਹੈ ਅੰਮ੍ਰਿਤ ਦੇ ਬਾਟੇ ਦੇ ਬਾਅਦ ਅੰਮ੍ਰਿਤ ਛਕਣ ਤੋਂ ਬਾਅਦ ਉਹ ਪੰਥ ਦਾ ਹਿੱਸਾ ਬਣਦਾ ਹੈ ਔਰ ਉਸ ਦੇ ਬਾਅਦ ਅਗਰ ਕਿਸੇ ਕੋਲੋਂ ਕੋ ਪੁੱਲ ਹੋ ਜਾਏ ਉਹਨੇ ਕਿੱਦਾ ਬਖਸ਼ਵਾਨੀ ਹੈ ਇਹ ਅਸੀਂ 2-3 ਮਿੰਟ ਵਿੱਚ ਕਰਕੇ ਕਿਉਂਕਿ ਵਿਸ਼ਾ ਬਹੁਤ ਲੰਬਾ ਹੈ ਪਰ ਇਸ ਨੂੰ ਕਦੀ ਵਿਸਥਾਰ ਸਹਿਤ ਇਸ ਨੂੰ ਲਵਾਂਗੇ ਔਰ ਲੱਗਦਾ ਹੈ ਇਹ ਕਈ ਕਿਸ਼ਤਾਂ ਵਿੱਚ ਵਿਚਾਰਨ ਵਾਲੀ ਹੈ ਪਰ ਅੱਜ ਦਾ ਮਕਸਦ ਸਿਰਫ ਇਸ ਦੀ ਥੋੜੀ ਬਹੁਤ ਜਾਣ ਪਛਾਣ ਸੀ ਇਸ ਬ੍ਰੇਕ ਦੇ ਬਾਅਦ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ ਔਰ ਉਹਦੇ ਬਾਅਦ ਅਸੀਂ ਆਪਦੀਆਂ ਕਾਲਸ ਲੈ ਕੇ ਗੱਲ ਨੂੰ ਅੱਗੇ ਤੋਰਾਂਗੇ ਗੁਰ ਜਸ ਪੰਜਾਬੀ ਦੇ ਸਿੱਖ ਰਹਿਤ ਮਰਿਆਦਾ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਪੰਥਕ ਤੌਰ ਦੇ ਉੱਤੇ ਗੱਲ ਕਰ ਰਹੇ ਸੀ ਕਿ ਸ਼ਖਸੀ ਜ਼ਿੰਦਗੀ ਦੇ ਬਾਅਦ ਪੰਥਕ ਜ਼ਿੰਦਗੀ ਹੈ। ਹੁਣ ਇੱਕ ਤਸਵੀਰ ਅਸੀਂ ਆਪ ਨੂੰ ਜ਼ਰੂਰ ਵਿਖਾਣੀ ਚਾਹੁੰਦੇ ਹਾਂ। ਇਹ ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਆਪਣੀ ਇੱਕ ਰਹਿਤ ਮਰਿਆਦਾ ਦਾ ਖਰੜਾ ਬਣਾਇਆ ਸੀ। ਇਹ ਪੰਥਕ ਤੌਰ ਦੇ ਉੱਤੇ ਪ੍ਰਵਾਨ ਨਹੀਂ ਸੀ ਕਿਉਂਕਿ ਪੰਥ ਦੀ ਮਰਿਆਦਾ ਤਾਂ ਉਹੀ ਹੈ ਜਿਹੜੀ ਸਾਰੇ ਪੰਥ ਨੇ ਮਿਲ ਕੇ ਬਣਾਈ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਾਬਾ ਸਰਬਜੋਤ ਸਿੰਘ ਜੀ ਬੇਦੀ ਜੋ ਉਸ ਵੇਲੇ ਪ੍ਰਧਾਨ ਸਨ ਉਹਨਾਂ ਨੇ ਇਹ ਅਨਾਉਂਸ ਕੀਤਾ ਕਿ ਇਹ ਤਾਂ ਕੇਵਲ ਇੱਕ ਖਰੜਾ ਸੀ ਔਰ ਇੱਕ ਖਰੜਾ ਹੀ ਰਿਹਾ ਔਰ ਇਸ ਨੂੰ ਪ੍ਰਮਾਨਗੀ ਨਹੀਂ ਮਿਲ ਸਕਦੀ ਸੀ ਨਾ ਮਿਲੀ ਪੰਥਕ ਜ਼ਿੰਦਗੀ ਦੇ ਉੱਤੇ ਗੁਰੂ ਪੰਥ ਹੈ ਜਿਹੜਾ ਸਮੁੱਚੇ ਪੰਥ ਨੂੰ ਕਿਹਾ ਜਾਂਦਾ ਹੈ ਜਿਸ ਦੀ ਸ਼ੁਰੂਆਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਨੂੰ ਗੁਰੂ ਪੰਥ ਦਾ ਦਰਜਾ ਦੇ ਦਿੱਤਾ ਉਸ ਨੂੰ ਗੁਰਿਆਈ ਬਖਸ਼ ਦਿੱਤੀ ਇਸ ਪੰਥ ਦੀ ਤਾਕਤ ਹੈ ਕਿ ਉਹ ਅੱਜ ਵੀ ਆਪਣੇ ਨਿਯਮ ਬਣਾ ਸਕਦਾ ਹੈ ਮਰਿਆਦਾ ਤਿਆਰ ਕਰ ਸਕਦਾ ਹੈ ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੀ ਕਰ ਸਕਦਾ ਹੈ ਉਹ ਜਿਹੜੀ ਜੋਤ ਅਤੇ ਜੁਗਤ ਜੋ ਪਹਿਲਾਂ ਗੁਰੂ ਸਾਹਿਬ ਕੋਲ ਸੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਔਰ ਜੁਗਤੀ ਗੁਰੂ ਪੰਥ ਦੇ ਵਿੱਚ ਆਈ ਹੈ ਉਸ ਦਾ ਅਧਿਕਾਰ ਕਰਦਿਆਂ ਹੋਇਆਂ ਅੰਮ੍ਰਿਤ ਦੀ ਦਾਤ ਗੁਰਮਤੇ ਕਰਨ ਦੀ ਵਿਧੀ ਤਨਖਾਹ ਲਾਣ ਦੀ ਵਿਧੀ ਅਗਰ ਕਿਸੇ ਕੋਲ ਨੂੰ ਕੋਈ ਪੁੱਲ ਹੋ ਜਾਂਦੀ ਹੈ ਤਾਂ ਉਸ ਦਾ ਫਰਜ਼ ਹੈ ਕਿ ਉਹ ਤਨਖਾਹ ਲਵਾਏ ਗੁਰੂ ਤੋਂ ਬੇਮਖ ਹੋ ਕੇ ਕੋਈ ਵੀ ਨਹੀਂ ਜੀ ਸਕਦਾ ਖਾਰ ਹੋਏ ਸਭ ਮਿਲेंगे ਆਪਣੇ ਆਪ ਨੂੰ ਗੁਰਪੰਥ ਦਾ ਅੰਗ ਬਣਾਏ ਰੱਖਣਾ ਇਹੀ ਜੀਵਨ ਹੈ ਨਹੀਂ ਤਾਂ ਉਮਰ ਦਾ ਸਰੀਰ ਹੈ ਉਸ ਦੀ ਆਤਮਾ ਮਰਦਾ ਹੈ ਸੋ ਇਹ ਥੋੜੇ ਜੇ ਵਿਚਾਰ ਆਪਨੇ ਵੇਖੇ ਕਿ ਕਿਤਨੀ ਤੇਜ਼ੀ ਦੇ ਨਾਲ ਉਸ ਵਹਾ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਦੀ ਫਿਰ ਮੌਕਾ ਮਿਲੇਗਾ ਸਿੱਖ ਰਹਿਤ ਮਰਿਆਦਾ ਬਹੁਤ ਅਹਿਮ ਦਸਤਾਵੇਜ਼ ਹੈ ਇਸ ਨੂੰ ਲੱਗਦਾ ਹੈ ਕਈ ਕਿਸ਼ਤਾਂ ਦੇ ਵਿੱਚ ਆਪ ਜੀ ਨਾਲ ਇਸ ਦੇ ਉੱਤੇ ਵਿਚਾਰ ਕੀਤੀ ਜਾਏਗੀ ਸੋ ਹੁਣ ਅਸੀਂ ਆਪਦੀਆਂ ਕਾਲਸ ਲੈਣ ਦੀ ਕੋਸ਼ਿਸ਼ ਕਰਾਂਗੇ ਹੈਲੋ ਹੈਲੋ ਹਾਂਜੀ ਮੈਂ ਲੱਭਾ ਸਾਹਿਬ ਨਾਲ ਕਰ ਰਿਹਾ ਮੈਂ ਬੋਲ ਰਿਹਾ ਜੀ ਕੌਣ ਬੋਲ ਰਿਹਾ ਜੀ ਤੁਸੀਂ ਲਾਈਨ ਤੇ ਹੋ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਿਹਾ ਵੀਰ ਜੀ ਮੈਂ ਪ੍ਰਿੰਸੀਪਲ ਸੋਰਾਂਜੇਸ਼ਨ ਬੋਲ ਰਿਹਾ ਫਿਰ ਫੀਲਡ ਤੋਂ ਜੀ ਹਾਂਜੀ ਹਾਂਜੀ ਪ੍ਰਿੰਸੀਪਲ ਸਾਹਿਬ ਜੀ ਜੀ ਮਾਤਾ ਹੈ ਜੀ ਜੀ ਹੋਰ ਬੜੀ ਲੋਜ ਸੀ ਬਾਕੀ ਇਹ ਗੱਲ ਬਿਲਕੁਲ ਸਾਬਤ ਹੋ ਗਈ ਹੈ ਕਿ ਜਿਹੜਾ ਜਸਟੀ ਵੀ ਜਿਹੜਾ ਸਤਮੁਤ ਹੀ ਸਿਖਾਦਾ ਇੱਕ ਚੈਨਲ ਹੈ ਜੀ ਇਸ ਤੇ ਮਤੇਸ਼ ਕਿਸਮ ਤੇ ਜਿਹੜੇ ਉਸ ਚੀਜ਼ ਦੇ ਮੁੱਦੇ ਜਿਹੜੇ ਆ ਔਰ ਸਦਹਾਂtere ਹੈਗੇ ਆ ਇਸ਼ੂ ਜਿਹੜੇ ਹੈਗੇ ਉਹ ਵਿਚਾਰੇ ਜਾਂਦੇ ਆ ਜੀ 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 ਦੇ ਨਾਲ ਮਤਲ ਮੈਂ ਇਹ ਇੱਕ ਸੁਜੈਸ਼ਨ ਸੁਝਾਅ ਦੇ ਤੌਰ ਤੇ ਦੇਣਾ ਚਾਹਣਾ ਵੀ ਐਡਾ ਇੰਪੋਰਟੈਂਟ ਵਿਸ਼ਾ ਜਿਹੜਾ ਹੈ ਉਹ ਇੱਕ ਵਾਰ ਹੀ ਨਾ ਖਤਮ ਕਰੋ ਮੈਂ ਉਹ ਬਾਰ ਬਾਰ ਮੈਂ ਖੁਦ ਦੇਖ ਰਿਹਾ ਜੀ ਕਿੰਨਾ ਦਬਾਅ ਹੈ ਹੈਗਾ ਉਹ ਸੰਗਤ ਇਹਨਾਂ ਸਾਡੇ ਨਾਲ ਜਿਹੜੀ ਹੈ ਤੁਸੀਂ ਵਿਚਾਰ ਰੱਖੋ ਜੀ ਜੜੀਆਂ ਕਈ ਮੱਦਾ ਜੜੀਆਂ ਹੈਗੀਆਂ ਮਤਲਬ ਉਹਨਾਂ ਦੇ ਵਿੱਚ ਬਹੁਤ ਵਿਚਾਰ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਹੈ ਹਾਂਜੀ 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 ਇਹ ਇਸ ਨੂੰ ਇਸ ਤੋਂ ਬਾਅਦ ਜਿਹੜਾ ਹੈਗਾ ਜੀ ਇੰਟਰੋਡਕਸ਼ਨ ਤੋਂ ਬਾਅਦ ਜਿਹੜਾ ਹੈਗਾ ਇਹ ਜ਼ਰੂਰ ਤੁਸੀਂ ਕਈ ਪੜਾਵਾਂ ਦੇ ਵਿੱਚ ਇਸ ਨੂੰ ਮਤਲਬ ਸੰਗਤ ਦੇ ਨਾਲ ਸਾਡੇ ਸਾਰਿਆਂ ਦੇ ਨਾਲ ਸਾਂਝਾ ਕਰੋ ਜੀ ਤਾਂ ਤੁਹਾਨੂੰ ਸੋਲਿਡ ਜਿਹੜਾ ਠੋਸ ਵਿਚਾਰ ਜਿਹੜੇ ਹੈਗੇ ਉਹ ਦੇਖ ਸਕੀਏ ਜ਼ਰੂਰ ਕਰਾਂਗੇ ਜੀ ਅਸੀਂ ਸਾਡਾ ਉਪਰਾਲਾ ਹੈਗਾ ਮੈਂ ਦੇਖਿਆ ਇਸ ਵਿਚਰ ਕੇ ਮੈਂ ਗਰੰਤੀ ਸਿੰਘਾਂ ਦੇ ਕੈਂਪ ਵੀ ਲਾਏ ਆ ਜੀ ਮਤਲਬ ਜੀ ਤੇ ਸਾਡੇ ਜਿਹੜੇ ਇਸ ਨਾਲ ਸੰਬੰਧਿਤ ਲੋਕ ਜਿਹੜੇ ਉਹਨਾਂ ਨੇ ਸਕਾਰਤ ਮਜਬੂਤ ਬਹੁਤ ਉਹਨੇ ਦੇਖੀ ਤੱਕ ਹਾਂਜੀ 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 ਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਕੋਈ ਇਸ ਕਿਸਮ ਦੀ ਜਰੀਆ ਮਰਜਾਦਾ ਜਿਹੜੀ ਉਹ ਹੈਗੀ ਹੈ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਲੈ ਇਸ ਨੂੰ ਅਸੀਂ ਮਤਲਬ ਜਿਹੜਾ ਇਸ ਨੂੰ ਵਿਚਾਰ ਵਿਸਾਰ ਸਹਿਤ ਜੀ ਤੇ ਮੈਂ ਇੱਕ ਵਾਰੀ ਫੇਰ ਤੁਹਾਡੀ ਮਤੇ ਬਹੁਤ ਇਹ ਮੁੱਦਾ ਲੈਣ ਦੀ ਇੱਕ ਇੰਪੋਰਟੈਂਟ ਇਸ਼ੂ ਲੈਣ ਦੀ ਬਹੁਤ ਵੱਡੀ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹਾਂ ਉਸ ਗੱਲ ਨੂੰ ਪ੍ਰਸ਼ੰਸਾ ਦਾ ਪਾਤਰੋਂ ਤੁਸੀਂ ਇਸ ਗੱਲ ਦੇ ਠੀਕ ਹੈ ਕਿ ਇਹੋ ਜੇ ਮੁੱਦੇ ਲੈ ਕੇ ਆਉਂਦੇ ਹੋ ਤੁਸੀਂ ਮਤਲਬ ਲੇਕਨ ਇਹਨੂੰ ਵਿਸਾਰ ਸਹਿਤ ਜ਼ਰੂਰ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਜ਼ਰੂਰ ਕਰਾਂਗੇ ਬਹੁਤ ਧੰਨਵਾਦ ਸੋ ਇਹ ਬਹੁਤ ਇੱਕ ਖੁਸ਼ੀ ਦੀ ਗੱਲ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗ੍ਰੰਥੀ ਸਾਹਿਬਾਨ ਦੇ ਕੈਂਪ ਲਗਾਏ ਜਿਹਦੇ ਵਿੱਚ ਉਹਨਾਂ ਨੂੰ ਘਟੋ ਘਟ ਗਰੰਥੀ ਸਿੰਘਾਂ ਦੇ ਕੈਂਪਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਜਿਸ ਦੀ ਬਹੁਤ ਜ਼ਿਆਦਾ ਲੋੜ ਹੈ ਹੈਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਜ਼ਰ ਜੀ ਦਾਸ ਜਸਵੰਤ ਸਿੰਘ ਬੋਰਜ ਫਿਲੋਲੋਜੀਆ ਤੋਂ ਹਾਂਜੀ ਹਾਂਜੀ ਭਾਈ ਸਾਹਿਬ ਜੀ ਮੈਂ ਆਪ ਜੀ ਦਾ ਇਹ ਪ੍ਰੋਗਰਾਮ ਸੁਣ ਰਿਹਾ ਸੀ ਜੀ ਔਰ ਬਹੁਤ ਸਮੇਂ ਤੋਂ ਬਾਅਦ ਮੈਂ ਮੇਰੇ ਕੋ ਕੋ ਸ਼ਬਦ ਨਹੀਂ ਕਿ ਮੈਂ ਕਹਿ ਦੇਵਾਂ ਕਿ ਤੁਹਾਡਾ ਅੱਜ ਦਾ ਇਹ ਮੁੱਦਾ ਹੈ ਜਾਂ ਪ੍ਰੋਗਰਾਮ ਸੀ ਕਿ ਕਿੰਨਾ ਜ਼ਰੂਰੀ ਸੀ ਜੀ 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 ਵੀਰ ਜੀ ਮੈਂ ਤੁਹਾਡੇ ਇਸ ਆਪਣੇ ਚੈਨਲ ਦੇ ਰਾਹੀਂ ਸਮੂਹ ਗੁਰਦਰਾ ਸਾਹਿਬ ਦੇ ਜਿੰਨੇ ਪ੍ਰਬੰਧਕ ਵੀਰ ਨੇ ਔਰ ਜਿੰਨੇ ਮੌਕੇ ਦੇ ਭਾਈ ਸਾਹਿਬ ਗ੍ਰੰਥੀ ਵੀਰ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਹਰ ਵੀਰ ਇਸ ਗੱਲ ਨੂੰ ਜਿਵੇਂ ਤੁਸੀਂ ਇਹਨੂੰ ਜ਼ਰੂਰੀ ਸਮਝਿਆ ਹੈ ਜੀ ਜਿਸ ਸੰਸਦ ਨੂੰ ਦਸੀਏ ਕਿ ਇਹਦੀ ਸਾਦੇ ਪੰਥ ਦਾ ਆਪਣਾ ਇੱਕ ਸੰਵਿਧਾਨ ਹੈ ਪੰਥ ਦੀ ਆਪਣੀ ਇੱਕ ਮਰਿਆਦਾ ਹੈ ਔਰ ਉਹ ਸੰਪੂਰਨ ਮਰਿਆਦਾ ਹੈ ਔਰ ਬਣੀ ਹੋਈ ਹੈ ਜਿਹੜੀ ਪਿਆਸੀ ਹੈ ਨਾ ਇਹ ਸ਼ੁਰੂਨੀ ਕਮੇਟੀ ਦੀ ਨਹੀਂ ਹੈ ਇਹ ਪੰਥ ਦੀ ਮਰਿਆਦਾ ਹੈ ਬਿਲਕੁਲ ਬਿਲਕੁਲ ਇਸ ਮਸਲੇ ਨੂੰ ਪ੍ਰਚਾਰਨ ਦੀ ਵੀ ਜੀ ਬਹੁਤ ਜ਼ਰੂਰਤ ਹੈ ਜਿਵੇਂ ਵੀਰਜੀਤ ਮੇਰੇ ਤੋਂ ਪਹਿਲੇ ਕੋ ਬੋਲ ਕੇ ਗਏ ਨੇ ਨਾ ਜੀ ਜੀ ਇਸ ਨੂੰ ਮੈਂ ਤੁਹਾਡੇ ਕੋਲ ਬਿਲਕੁਲ ਨਹੀਂ ਵੀ ਕਰਨਾ ਮੈ ਫਿਲਾਸੋਫੀਆ ਤੋਂ ਹੋ ਜੀ ਇਸ ਸਬੰਧ ਵਿੱਚ ਕੋਈ ਸੇਵਾ ਹੋਵੇ ਜੀ ਕਿਸੇ ਵੀ ਵਕਤ ਸਾਨੂੰ ਤੁਸੀਂ ਦੱਸੋ ਅਸੀਂ ਤੁਹਾਡੇ ਨਾਲ ਵੀ ਖੁਲੋਤੀਆਂ ਮਰਿਆਦਾ ਵਾਸਤੇ ਜੀ ਤਾਂ ਇਸ ਮਰਿਆਦਾ ਨੂੰ ਤੁਸੀਂ ਲਗਾਤਾਰ ਇੰਨਾ ਕੋ ਕਰੋ ਜੀ ਕਿ ਹਰ ਭੈਣ ਭਰਾ ਨੂੰ ਸਮਝ ਆ ਸਕੇ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਿੱਖ ਦੇ ਜਨਮ ਤੋਂ ਲੈ ਕੇ ਅਖੀਰ ਸਮੇਂ ਤੱਕ ਸਾਰਾ ਕੁਝ ਇੰਨਾ ਪਿਆਰਾ ਤੇ ਸੋਖਾ ਲਿਖਿਆ ਹੋਇਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅਸੀਂ ਜ਼ਰੂਰ ਉਪਰਾਲਾ ਕਰਾਂਗੇ ਨਾਲ ਸਾਡੀ ਕੋਸ਼ਿਸ਼ ਹੈ ਸਾਡੀ ਇੱਕ ਅਪੀਲ ਹੈ ਕਿ ਜਿੱਥੇ ਅਸੀਂ ਗੁਰਦੁਆਰਾ ਸਾਬਾਨ ਦੇ ਵਿੱਚ ਹੋਰ ਦਿਨ ਮਨਾਉਂਦੇ ਆਂ ਇਕ ਕੌਮੀ ਤੌਰ ਤੇ ਜੇਕਰ ਸਿੱਖ ਰਹਿਤ ਮਰਿਆਦਾ ਦਿਏ ਮਨਾ ਕੇ ਗੁਰਦੁਆਰਿਆਂ ਦੇ ਵਿੱਚ ਇਹਦੇ ਬਾਰੇ ਅਗਰ ਲੈਕਚਰ ਹੋ ਸਕਣ ਅਸੀਂ ਹੋਰ ਕਈ ਮਸਲਿਆਂ ਤੇ ਲੈਕਚਰ ਦੇ ਦਿੰਦੇ ਆ ਪਰ ਜੇ ਇਹਦੇ ਤੇ ਅਗਰ ਕੋਈ ਪ੍ਰੋਗਰਾਮ ਵਿਸ਼ੇਸ਼ ਗੁਰਦੁਆਰਾ ਸਾਹਿਬਾਨ ਵਿੱਚ ਜਾਂ ਸਾਂਝੇ ਤੌਰ ਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਕੋਈ ਸੈਮੀਨਾਰ ਕਰਾਏ ਜਾਣ ਤਾਂ ਇਹ ਬਹੁਤ ਉਪਰਾਲਾ ਔਰ ਲਾਹੇਵੰਦ ਹੋਏਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਗੁਰਲੰਗ ਸਾਹਿਬ ਜੀ ਹੈਲੋ ਹੈਲੋ ਜੀ ਹਾਂਜੀ ਕੌਣ ਬੋਲ ਰਿਹਾ ਵਿੱਚ ਹਾਂਜੀ ਦਵਿੰਦਰ ਸਿੰਘ ਹੋ ਗਿਆ ਜੀ ਹਾਂਜੀ ਕਿੱਥੋਂ ਬੇ ਜੀ ਸਾਵਾ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੱਤ ਸੱਤ ਪਹਿਲਾਂ ਮੈਂ ਆਪ ਨੂੰ ਬਤਾਈ ਦਿੰਨਾ ਕਿ ਜਿਹੜਾ ਆਪਨੇ ਰਹਿਤ ਮਰਿਆਦਾ ਦਾ ਜਿਹੜਾ ਟਾਪਿਕ ਕਿੱਥੋਂ ਕਿੱਥੋਂ ਬੋਲ ਰਹੇ ਹੋ ਭਾਈ ਸਾਹਿਬ ਜੀ ਦਵਿੰਦਰ ਸਿੰਘ ਜੀ ਹਾਂ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਮਾ ਜੀ ਬ੍ਰੈਕਟਸਵਿਲ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਅੱਛਾ ਜੀ ਹਾਂ ਜੀ ਹੁਕਮ ਕਰੋ ਨਹੀਂ ਜੀ ਬਸ ਅਰਜ਼ ਹੈ ਕਿ ਇਹ ਕਿਤਾਬ ਨੂੰ ਬਹੁਤ ਬਹੁਤ ਬਾਰਗ ਬਾਤ ਜਿਹੜਾ ਆਪਨੇ ਰਹਿਤ ਮਰਿਆਦਾ ਦਾ ਜਿਹੜਾ ਸ਼ੁਰੂ ਕੀਤਾ ਕਿਉਂਕਿ ਮੋਸਟਲੀ ਸਾਡੀ ਰਹਿਤ ਮਰਿਆਦਾ ਜਿਹੜੀ ਅਸਲੀ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਹੈ ਇਹ ਸਾਡੇ ਬਹੁਤ ਲੋਕਾਂ ਨੂੰ ਪਤਾ ਹੀ ਨਹੀਂ ਜੀ ਅਗਿਆਤ ਮਰਿਆਦਾ ਦੇ ਦੌਰਾਨ ਹੀ ਸਾਨੂੰ ਇਹ ਹੁਕਮ ਵੀ ਹੈਗਾ ਕਿ ਅਸੀਂ ਸਿਰਫ ਤੇ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਹੀ ਅਸੀਂ ਵਿਸ਼ਵਾਸ ਰੱਖਣਾ ਹੈ ਜੀ 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 ਤੇ ਹੋਰ ਕਿਸੇ ਆਪਣੇ ਗ੍ਰੰਥ ਦੇ ਉੱਪਰ ਅਸੀਂ ਵਿਸ਼ਵਾਸ ਨਹੀਂ ਰੱਖਣਾ ਜੀ ਤੇ ਮੇਰਾ ਸਵਾਲ ਆਤੀ ਨੂੰ ਬੜਾ ਸਿੱਧਾ ਜਿਹਾ ਹੈਗਾ ਕਿ ਆਪ ਜੀ ਨੇ ਜਿਹੜਾ 75 ਨਾਟਕ ਤੇ ਜਿਹੜਾ ਦਸਮ ਗ੍ਰੰਥ ਦਾ ਜਿਹੜਾ ਬਾਦ ਆਪਨੇ ਉਠਾਇਆ ਪ੍ਰੋਫੈਸਰ ਸਾਹਿਬ ਦੇ ਨਾਲ ਉਹਦੇ ਬਾਰੇ ਆਪ ਜੀ ਦਾ ਕੀ ਕਹਿਣਾ ਹੈ ਰਹਿਤ ਮਰਿਆਦਾ ਦੇ ਤਹਿਤ ਮੈਂ ਬਿਲਕੁਲ ਸਪਸ਼ਟ ਹੈ ਮੈਂ ਇਹਦੇ ਵਿੱਚ ਕੋਈ ਦੁਬਧਾ ਨਹੀਂ ਮੈਂ ਆਪ ਨੂੰ ਪੰਜ ਸੱਤ ਵਾਰੀ ਇਹ ਕਲੌਜ਼ਸ ਦੱਸੀਆਂ ਹਨ ਕਿ ਸਿੱਖ ਹੋ ਐ ਜਿਹੜਾ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਆਪਣਾ ਇਸ਼ਟ ਮੰਨਣਾ 10 ਗੁਰੂ ਸਾਹਿਬਾਨ ਦੀ ਬਾਣੀ ਦੀ ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਦਾ ਕੀਰਤਨ ਰਹਿ ਗਈ ਗੱਲ ਜਿਹੜੀ ਮੈਂ ਅਗਰ ਆਪ ਇਜਾਜ਼ਤ ਦਿਓ ਤੇ ਮੈਂ ਇੱਕ ਲਫ਼ਜ਼ ਵਿੱਚ ਕਹਾਂ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਕੋਈ ਮੁੱਦਾ ਦਸਮ ਗ੍ਰੰਥ ਦਾ ਨਹੀਂ ਸੀ ਕੋਈ ਵਿਵਾਦ ਨਹੀਂ ਸੀ ਉਹਨਾਂ ਨੇ ਕੁਝ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਦੇ ਬਾਰੇ ਕੋਈ ਐਸੇ ਲਫ਼ਜ਼ ਬੋਲੇ ਕਿ ਇਹ ਦਸਮ ਗ੍ਰੰਥ ਦੇ ਵਿੱਚ ਹਨ ਜਿਹੜੇ ਐਕਚੁਅਲੀ ਨਹੀਂ ਸਨ ਔਰ ਉਹਨਾਂ ਨੂੰ ਬਾਰ-ਬਾਰ ਇਹ ਮੌਕਾ ਮਿਲਿਆ 71 ਮਿੰਟ ਜਸ ਪੰਜਾਬੀ ਟੀਵੀ ਤੇ ਆਏ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਰਫ ਇਹ ਦੱਸ ਦਿਓ ਕਿ ਇਹ ਲਫ਼ਜ਼ ਕਿੱਥੇ ਹਨ ਪਰ ਬਜਾਏ ਉਹ ਲਫ਼ਜ਼ ਦੱਸਣ ਦੇ ਉਹਨਾਂ ਨੇ ਜਿਹੜਾ ਜਵਾਬ ਲਿਖ ਕੇ ਦਿੱਤਾ ਬੜਾ ਹੀ ਹਾਸੋਹੀਣਾ ਹੈ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਤਾਂ ਸਿੰਘ ਸਾਹਿਬ ਉਹਨਾਂ ਨੇ ਮੁਖਾਤਬ ਕੀਤਾ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਸਾਹਿਬ ਨੂੰ ਕਿਹਾ ਕਿ ਗੁਰਬਚਨ ਸਿੰਘ ਨਾਮ ਦੇ ਇੱਕ ਸੇਵਾਦਾਰ ਨੇ ਮੇਰੇ ਕੋਲੋਂ ਅਕਾਲ ਤਖਤ ਦੇ ਨਾਮ ਤੇ ਸਪਸ਼ਟੀਕਰਨ ਮੰਗਿਆ ਹੈ ਉਹਨਾਂ ਨੇ ਕਿਹਾ ਅਕਾਲ ਤਖਤ ਦੇ ਮਾਲਕ ਤੁਸੀਂ ਜਾਣੀ ਜਾਣੋ ਮੈਨੂੰ ਤੁਹਾਨੂੰ ਸਪਸ਼ਟੀਕਰਨ ਮੰਗਣ ਦੀ ਕੀ ਲੋੜ ਪੈ ਗਈ ਸੋ ਮੁੱਦਾ ਇਹ ਨਹੀਂ ਮੁੱਦਾ ਇਹ ਸੀ ਜਿਹੜੇ ਉਹਨਾਂ ਨੇ ਕਹੇ ਕਿ ਇਹ ਲਫ਼ਜ਼ ਜਿਹੜੇ ਕਿਰਨਤ ਲਫ਼ਜ਼ ਹਨ ਦਸਮ ਗ੍ਰੰਥ ਵਿੱਚ ਹਨ ਅੱਜ ਵੀ ਜੇ ਅਗਰ ਕੋਈ ਹੋਰ ਵਿਅਕਤੀ ਉਹਨਾਂ ਦਾ ਨੁਮਾਇੰਦਾ ਬਣ ਕੇ ਵੀ ਅਗਰ ਉਹ ਲਫ਼ਜ਼ ਦੱਸ ਦੇਗਾ ਅਸੀਂ ਬਿਨਾਂ ਕਿਸੇ ਸ਼ਰਤ ਦੇ ਅਨ ਕੰਡੀਸ਼ਨਲੀ ਆਪਣਾ ਸਿਰ ਝੁਕਾਉਣ ਲਈ ਸਾਰੀ ਸਜ਼ਾ ਲੈਣ ਲਈ ਤਿਆਰ ਆਂ ਪਰ ਜਿਹੜੇ ਲਫ਼ਜ਼ ਨਹੀਂ ਹਨ ਉਹਦੇ ਲਈ ਬਹੁਤ ਸੌਖੀ ਜੀ ਗੱਲ ਹੈ ਜੇ ਹੈਗੇ ਦੱਸ ਦੇਣ ਨਹੀਂ ਤਾਂ ਕਹਿ ਦੇਣ ਕਿ ਇਹ ਗਲਤੀ ਹੋਈ ਗਲਤੀ ਕਰਨਾ ਹਰ ਇਨਸਾਨ ਦਾ ਹਰ ਇਨਸਾਨ ਦਾ ਫਰਜ਼ ਵੀ ਹੈ ਤੇ ਹੱਕ ਵੀ ਹੈ ਪਰ ਉਸ ਨੂੰ ਅਗਰ ਨਹੀਂ ਹੈ ਗੁਰੂ ਦੇ ਨਾਮ ਦੇ ਉੱਤੇ ਇਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਇਹ ਸਾਡਾ ਵਿਸ਼ਾ ਸੀ ਦਸਮ ਗ੍ਰੰਥ ਦਾ ਕੋਈ ਵਿਸ਼ਾ ਨਹੀਂ ਸੀ ਨਹੀਂ ਮੇਰਾ ਇੱਕ ਹੋਰ ਸਵਾਲ ਆਪ ਜੀ ਨੂੰ ਹੈ ਪਰ ਅਗਰ ਆਪ ਇਜਾਜ਼ਤ ਦਿਓ ਅਸੀਂ ਹੋਰ ਲੈ ਲਈਏ ਫਿਰ ਆਪਨਾ ਜ਼ਰੂਰ ਕਰਾਂਗੇ ਕਿਉਂਕਿ ਰਹਿਤ ਮਰਿਆਦਾ ਦੇ ਉੱਤੇ ਅਸੀਂ ਚੱਲ ਰਿਹਾ ਅਗਰ ਇੱਕ ਦੋ ਕਾਲਸ ਲੈ ਲਈਏ ਫਿਰ ਆਪ ਨੂੰ ਅਗਲੀ ਵਾਰੀ ਜ਼ਰੂਰ ਆਪਨਾ ਵਿਸਥਾਰ ਆਪ ਬਾਅਦ ਵਿੱਚ ਕਾਲ ਕਰ ਲੈਣਾ ਹੈਲੋ ਹੈਲੋ ਭਾਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਕੀ ਫਤਿਹ ਕੌਣ ਬੋਲ ਰਿਹਾ ਜੀ ਆਤਮ ਸਿੰਘ ਮੋਰਿਆ ਬਾਜੀ ਨਿਊ ਜਰਸੀ ਤੋਂ ਹਾਂ ਜੀ ਹਾਂ ਜੀ ਆਤਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਛਾ ਬਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਬੜਾ ਚੰਗਾ ਮੁੱਦਾ ਨੇ ਆਪਣਾ ਵਿਸ਼ਾ ਲਿਆ ਹੁੰਦਾ ਐ ਸੱਚੇ ਮੈਂ ਔਨ ਦਾ ਔਨ ਦਾ ਟਾਕ ਆ ਕੋਰナー ਵਾਂ ਕਿ ਜਿਹੜੇ ਗੁਰੂ ਘਰਾਂ ਚ ਰਹਿਤ ਮਰਿਆਦਾ ਸਿਖਾਉਂਦੇ ਆ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹ ਵੀ ਇਸ ਪਾਲਣਾ ਕਰਨ ਵਾਲੇ ਹੋਣ ਹਾਂਜੀ ਹਾਂਜੀ ਦੇਖੋ ਕਿ ਉਹ ਫੋਲੋ ਕਰਨਗੇ ਤੇ ਆਪਣੇ ਬੱਚੇ ਫਿਊਚਰ 'ਚ ਵੀ ਜਿਹੜੇ ਬੱਚੇ ਆਪਣੇ ਦੇਖਦੇ ਹੁਣ ਉਹਨਾਂ ਨੂੰ ਉਹਨਾਂ ਨੂੰ ਦੇਖਦੇ ਹੋਏ ਆਪਣੇ ਬੱਚੇ ਵੀ ਉਹ ਰਹਿਤ ਮਰਿਆਦਾ ਫੋਲੋ ਕਰਨਗੇ ਹਾਂਜੀ ਹਾਂਜੀ ਪਰ ਅੱਜ ਕੱਲ ਤੁਸੀਂ ਦੇਖ ਹੀ ਰਹੇ ਜੇ ਕਿਹੋ ਜੀ ਰਹਿਤ ਮਰਿਆਦਾ ਫੋਲੋ ਹੋ ਰਹੀ ਆ ਆਪਣੇ ਅਕਾਲ ਤੱਕ ਦੀ ਇੱਕ ਵਾਰ ਤੇ ਲੋਕੀ ਆਪਣੀ ਜਾਨ ਦੇ ਨੂੰ ਤਿਆਰ ਹੋ ਜਾਂਦੇ ਹੈਗੇ ਪਰ ਅੱਜ ਕੱਲ ਲੋਕੀ ਉਹਤੇ ਕਿੰਤੂ ਪਰਤੂ ਕਰ ਰਹੇ ਆ ਬਿਲਕੁਲ ਠੀਕ ਹੈ ਇਸੇ ਲਈ ਤੱਕ ਹਜ਼ੂਰ ਦਾ ਹੁਕਮ ਵੀ ਆਵਰ ਉਪਦੇਸ਼ੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਸੋ ਇਹ ਇੱਕ ਬੜੀ ਵੱਡੀ ਚੇਤਾਵਨੀ ਹੈ ਦੂਜੇ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਅਗਰ ਉਸ ਤੇ ਅਮਲ ਨਾ ਕਰੇ ਤਾਂ ਫਿਰ ਉਸ ਦਾ ਕੋਈ ਫਾਇਦਾ ਨਹੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਆਤਮਾ ਸਿੰਘ ਜੀ ਇੱਕ ਮਿੰਟ ਮੇਰੀ ਹੋਰ ਗੱਲ ਦੀ ਪਾ ਜੀ ਇਹ ਅਕਾਲ ਤਖਤ ਦਾ ਜਿਹੜਾ ਜਦੋਂ ਆਪਾਂ ਇਹਨਾਂ ਨੂੰ ਸਜ਼ਾ ਲਾਉਨੇ ਆ ਜਾਂ ਆਪਾਂ ਕੋਈ ਇਹਨਾਂ ਨੂੰ ਵਕਾਲਤ ਖਸ ਤੇ ਸਾਜਦੇ ਆ ਜੀ ਡੰਡੇ ਉਹਨਾਂ ਦੇ ਹੀ ਝੂਲਦੇ ਰਹਿੰਦੇ ਜਿਨ੍ਹਾਂ ਦੇ ਡੰਡੇ ਤਗੜੇ ਹੋਣ ਤੇ ਕੋਸ਼ਿਸ਼ ਕਰੋ ਕਿ ਆਪਣੇ ਜਿਹੜੇ ਛਿੱਕੀ ਕੌਮ ਦੇ ਡੰਡੇ ਆ ਇਹ ਵੀ ਤਗੜੇ ਹੋਣ ਤੇ ਜਿਹਦੇ ਨਾਲ ਕਿ ਆਪਾਂ ਆਪਣੇ ਰਹਿਤ ਮਰਿਆਦਾ ਵੀ ਲੋਕਾਂ ਨੂੰ ਸਹੀ ਤਰੀਕੇ ਨਾਲ ਪਹੁੰਚਾ ਸਕੀਏ ਕਿ ਕੋਈ ਇੰਟਰਫੇਅਰ ਨਾ ਕਰ ਸਕੇ ਨਾ ਚੀਜਾਂ ਦੇ ਉਹ ਉਹਨਾਂ ਝੰਡਿਆਂ ਦੇ ਵੀ ਡੰਡੇ ਵੀ ਹੈਗੇ ਆ ਬਿਨਾਂ ਡੰਡਿਆਂ ਦੇ ਉਹ ਝੰਡੇ ਨਹੀਂ ਖੜੇ ਹੋਏ ਬਹੁਤ ਬਹੁਤ ਧੰਨਵਾਦ ਤੁਹਾਡਾ ਹੈਲੋ ਸੋ ਅਸੀਂ ਵਿਚਾਰ ਕਰ ਰਹੇ ਸੀ ਆਪ ਨਾਲ ਸਿੱਖ ਰਹਿਤ ਮਰਿਆਦਾ ਦੇ ਉਹਨਾਂ ਨਿਯਮਾਂ ਦੇ ਉੱਤੇ ਹੈਲੋ ਹਾਂਜੀ ਬਾਈ ਖਾਲਸਾ ਹਾਂਜੀ ਬਾਈ ਖਾਲਸਾ ਵਾਜੀ ਫਤਿਹ ਕੌਣ ਬੋਲ ਰਿਹਾ ਜੀ ਮੈਂ ਡਾਕਟਰ ਆਰ ਪੀ ਸਿੰਘ ਬੋਲਦਾ ਜੀ ਤੋਂ ਫਲੋਰੀਡਾ ਦਾ ਹਾਂਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਹਾਂਜੀ ਜੀ ਪ੍ਰੋਗਰਾਮ ਬਹੁਤ ਹੀ ਅੱਛਾ ਲੱਗਿਆ ਮੈਨੂੰ ਜੀ ਤੇ ਮੈਂ ਤੁਸ ਸੁਣਦਾ ਪਿਆ ਸੀਗਾ ਜੀ ਤੇ ਆਪ ਜੀ ਮੈਨੂੰ ਇੱਕ ਅਸਰ ਜੀ ਰਹਿਤ ਮਰਿਆਦਾ ਵਿੱਚ ਗੁਰਦੁਆਰਾ ਸਾਹਿਬ ਦੀ ਡੇ ਟੂ ਡੇ ਚਲਾਉਣ ਦੇ ਬਾਰੇ ਕੋਈ ਮੈਨੂਅਲ ਹੈ ਕਿ ਗੁਰਦੁਆਰ ਗੁਰਦੁਆਰਾ ਸਾਹਿਬ ਨੂੰ ਕਿਸ ਤਰ੍ਹਾਂ ਚਲਾਉਣਾ ਚਾਹੀਦਾ ਹੈ ਉਹ ਰੂਟੀਨ ਕੀ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਹੈਗਾ ਬਿਲਕੁਲ ਹੈਗਾ ਕਿਸ ਤਰ੍ਹਾਂ ਪ੍ਰਕਾਸ਼ ਹੋਣਾ ਚਾਹੀਦਾ ਹੈ ਕੀ ਹੋਣਾ ਚਾਹੀਦਾ ਹੈ ਗੁਰਦੁਆਰੇ ਵਿੱਚ ਕੋਈ ਵੀ ਸਿੱਖ ਪੰਥ ਤੋਂ ਵਿਵਰਜਿਤ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਕੋਈ ਉਹਦੇ ਵਿੱਚ ਤੂਪ ਦੀਪ ਜਾਂ ਟੱਲੀਆਂ ਖੜਕਾਣੀਆਂ ਜਾਂ ਅਨਮੱਦ ਦਾ ਜਾਂ ਕੁੰਬ ਨਾਰੀਅਲ ਹੋਰ ਆ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹਾਂ ਅਗਰ ਖੁਸ਼ਬੂ ਲਈ ਅਗਰ ਕੋਈ ਚੀਜ਼ ਵਰਤਦਾ ਉਹ ਵੱਖਰੀ ਚੀਜ਼ ਹੈ ਸੋ ਸਾਡੀ ਬੇਨਤੀ ਤੁਹਾਨੂੰ ਵੀ ਇਹ ਸਾਰੇ ਜਗਤ ਨੂੰ ਹੈ ਕਿ ਇਹ ਇੱਕ ਬਹੁਤ ਹੀ ਛੋਟਾ ਜਿਹਾ ਡਾਕੂਮੈਂਟ ਹੈ ਬਹੁਤ ਥੋੜੇ ਜੇ 25 30 ਪੇਜ 32 ਪੇजेस ਦਾ ਡਾਕੂਮੈਂਟ ਹੈ ਆਪ ਕੋਸ਼ਿਸ਼ ਕਰੋ ਹਰ ਹਰ ਸਿੱਖ ਦੇ ਕੋਲ ਜਾਂ ਹਰ ਵਿਅਕਤੀ ਦੇ ਕੋਲ ਇਹ ਦਸਤਾਵੇਜ਼ ਜ਼ਰੂਰ ਹੋਣਾ ਚਾਹੀਦਾ ਹੈ ਔਰ ਇਹ ਸਾਡਾ ਆਧਾਰ ਹੈ ਇਹ ਸਾਡੀ ਕਨਸਟੀਟਿਊਸ਼ਨ ਹੈ ਔਰ ਜਿਸ ਨੂੰ ਇੰਨੀ ਮਿਹਨਤ ਦੇ ਨਾਲ 18 ਸਾਲ ਲਗਾ ਕੇ ਉਹ ਦਸਤਾਵੇਜ਼ ਤਿਆਰ ਕੀਤਾ ਨਾ ਤਾਂ ਉਹ ਆ ਜੀ ਗੈਦਰਿੰਗ ਹੋ ਸਕਦੀ ਹੈ ਨਾ ਉਹਦਾ ਦਾ ਮਾਹੌਲ ਹੋ ਸਕਦਾ ਅੱਜ ਅਸੀਂ ਕਿਸੇ ਵੀ ਚੀਜ਼ ਦੇ ਉੱਤੇ ਅਗਰ ਫੈਸਲਾ ਕਰਨਾ ਚਾਹੀਏ ਸਾਡੇ ਕੋਲੋ ਛੋਟੀ ਜੀ ਗੱਲ ਤੇ ਨਹੀਂ ਹੋ ਸਕਦਾ ਰਹਿਤ ਮਰਿਆਦਾ ਬਣਾਣੀ ਤਾਂ ਬਹੁਤ ਔਖੀ ਗੱਲ ਹੈ ਸੋ ਸਾਡੇ ਬਜ਼ੁਰਗਾਂ ਨੇ ਉਹਨਾਂ ਨੇ ਸਾਨੂੰ ਇਹ ਜੋ ਮਹਾਨ ਗਿਫਟ ਦਿੱਤਾ ਹੈ ਸਿੱਖ ਰਹਿਤ ਮਰਿਆਦਾ ਦੇ ਤੌਰ ਤੇ ਇਹ ਵੀ ਸਮਝ ਲਈਏ ਇਹ ਉਹਨਾਂ ਨੇ ਨਹੀਂ ਬਣਾਈ ਇਹ ਪੁਰਾਣੀ ਰਹਿਤ ਮਰਿਆਦਾ ਪੁਰਾਣੀ ਰਹਿਤਨਾਮੇ ਪੁਰਾਣੀ ਹੁਕਮਨਾਮੇ ਗੁਰੂ ਗ੍ਰੰਥ ਸਾਹਿਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਮੁਜਸਮਾ ਉਹਨਾਂ ਨੇ ਕਰਕੇ ਇੱਕ ਨਟਸ਼ੈਲ ਜਿਹੜਾ ਹੈ ਇੱਕ ਸਾਨੂੰ ਕੈਪਸੂਲ ਫਾਰਮ ਦੇ ਵਿੱਚ ਦਿੱਤਾ ਹੈ ਜਿਹੜਾ ਸਾਡੇ ਲਈ ਬਹੁਤ ਅਹਿਮ ਹੈ ਇਹ ਸਾਡੀ ਸਾਰ ਅਗ ਹੈ ਇਹ ਸਾਡੇ ਲਈ ਅੰਮ੍ਰਿਤ ਹੈ ਸੋ ਇਹ ਪ੍ਰੋਗਰਾਮ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ ਪਰ ਜਿਸ ਤੇਜ਼ੀ ਦੇ ਨਾਲ ਅਸੀਂ ਇਸ ਨੂੰ ਕਰ ਸਕੇ ਹਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਉਪਰਾਲਾ ਕਰਾਂਗੇ ਕਿ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਜਾਂ ਲੜੀਵਾਰ ਸਿਕਰੇਤ ਮਰਿਆਦਾ ਆਪਦੇ ਸੁਝਾਗ ਰਾ ਸਕਣ ਕਿ ਅਸੀਂ ਕਿਸ ਰੂਪ ਵਿੱਚ ਇਸ ਨੂੰ ਲੈ ਕੇ ਆਈਏ ਆਪ ਆਪਣੇ ਸੁਝਾਅ ਜ਼ਰੂਰ ਦੇਣਾ ਲਾਂਬਾ@ਜਸਪੰਜਾਬੀ.com ਜਾਂ info@justpunjabi.com ਸਾਨੂੰ ਤੁਹਾਡੇ ਵਿਚਾਰਾਂ ਦਾ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਹੋਏਗਾ ਤਾਂ ਕਿ ਅਸੀਂ ਹੋਰ ਚੰਗੇ ਤਰੀਕੇ ਨਾਲ ਇਹ ਪ੍ਰੋਗਰਾਮ ਦੇ ਸਕੀਏ ਅਗਲੇ ਮੰਗਲਵਾਰ ਨੂੰ ਸ਼ਾਮ ਦੇ 8:30 ਵਜੇ ਈਸਟਰਨ ਟਾਈਮ ਮੁੜ ਆਪ ਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ